ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਬੈਸਟ ਆਫ ਲੱਕ ਕਿ ਤੁਸੀਂ ਆਪਣੀ ਹੋਲੀਡੇਜ਼ ਇਨ੍ਹਾਂ ਵੇ ਸ਼ੁਰੂ ਹੋ ਗਈਆਂ ਔਰ ਖੂਬ ਇੰਜੋਏ ਕਰ ਰਹੇ ਹੋਣੇ ਹੋ, ਪਲਾਨ ਕਰ ਰਹੇ ਹੋਣੇ ਹੋ ਕਿ ਕ੍ਰਿਸਮਸ ਆ ਰਹੀ ਹੈ, ਉਸ ਦੇ ਵਿੱਚ ਵੀ ਕਈਆਂ ਦੇ ਘਰ ਬੱਚੇ ਵਾਪਸ ਆ ਰਹੇ ਨੇ ਕ੍ਰਿਸਮਸ 'ਤੇ, ਥੈਂਕਸਗਿਵਿੰਗ 'ਤੇ ਹੁਣੇ ਗਏ ਹੋਣੇ ਆ। ਸੋ ਦੇਰ ਇਜ਼ ਅ ਲੋਟ ਆਫ ਫੈਸਟੀਵਿਟੀ ਫਨ ਇਨ ਦ ਏਅਰ, ਸੋ ਆਈ ਹੋਪ ਸਾਰੇ ਇੰਜੋਏ ਕਰ ਰਹੇ ਨੇ। ਬਟ ਨਾਲ ਨਾਲ ਕਈ ਚੀਜ਼ਾਂ ਜਿਹੜੀਆਂ ਕਿ ਗਿਵਿੰਗ, ਜਿਸ ਤਰ੍ਹਾਂ ਅਸੀਂ ਕੱਲ੍ਹ ਟਿਊਜ਼ਡੇ ਅਗਰ ਕੋਈ ਰਹਿ ਗਿਆ ਜ਼ਰੂਰ, ਉਹ ਜ਼ਰੂਰੀ ਨਹੀਂ ਹੈ ਕਿ ਟਿਊਜ਼ਡੇ ਚਲਾ ਗਿਆ ਅਤੇ ਗਿਵਿੰਗ ਹੋ ਨਹੀਂ ਸਕਦੀ। ਆਈ ਨੋ ਕਿ ਹਰ ਰੋਜ਼ ਹੀ ਇਹ ਸੋਚ ਆਉਣੀ ਚਾਹੀਦੀ ਹੈ, ਪਰ ਕੋਈ ਨਾ ਕੋਈ ਦਿਨ ਬਣਾ ਲੈਣ ਨਾਲ ਇਹ ਵੀ ਹੈਗਾ ਕਿ ਅਸੀਂ ਇੱਕ ਯਾਦ, ਇੱਕ ਰਿਮਾਈਂਡਰ ਹੋ ਜਾਂਦਾ ਕਿ ਹਾਂ ਕੁਛ ਕੱਢ ਲਈਏ। ਸੋ ਜਿੱਥੇ ਤੁਹਾਨੂੰ ਬੈਸਟ ਲੱਗਦਾ ਜ਼ਰੂਰ ਉਹਦੇ ਬਾਰੇ ਥੋੜ੍ਹੀ ਜਿਹੀ ਐਫਰਟ ਕਰਕੇ, ਟਾਈਮ ਪਾ ਕੇ ਜ਼ਰੂਰ ਆਪਣਾ ਦਸਵੰਧ ਕੱਢੋ। ਥੈਂਕ ਯੂ ਸੋ ਮੱਚ ਵੰਸ ਅਗੇਨ। ਬਹੁਤ ਵਾਰੀ ਕਹਿਣ 'ਤੇ ਦਿਲ ਕਰਦਾ ਹੈ, ਲੱਗਦਾ ਹੈ ਕਿ ਸਮਾਂ ਨਹੀਂ ਹੈ, ਪਰ ਇਹ ਜਿਹੜਾ ਪੀਰੀਅਡ ਚੱਲ ਰਿਹਾ ਉਹਦੇ ਵਿੱਚ ਖਾਸ ਤੌਰ 'ਤੇ ਆਈ ਵਾਂਟ ਟੂ ਟੇਕ ਅ ਮਿਨਟ ਟੂ ਸੇ ਥੈਂਕ ਯੂ ਸੋ ਮੱਚ ਕਿ ਤੁਸੀਂ ਜੁਆਇਨ ਕਰਦੇ ਹੋ, ਹਰ ਕਿਸੇ ਦੀ ਗੱਲ ਸੁਣਦੇ ਹੋ ਔਰ ਫਿਰ ਧਿਆਨ ਨਾਲ ਸੁਣ ਕੇ ਆਪਣਾ ਜਵਾਬ ਦਿੰਦੇ ਹੋ। ਜ਼ਰੂਰ ਕਾਲ ਕਰੋ, ਅੱਛਾ ਲੱਗਦਾ ਜਦੋਂ ਸਾਰਿਆਂ ਦੀ ਗੱਲਾਂ ਸੁਣੀਆਂ, ਸਾਰਿਆਂ ਦੀਆਂ ਕਾਲਾਂ ਆ ਰਹੀਆਂ ਹੁਣ। ਅੱਜ ਵੀ ਜਿਹੜੇ ਲੇਡੀ ਦਾ ਅਸੀਂ ਗੱਲ ਕਰ ਰਹੇ ਹਾਂ, ਉਹ ਮੈਨੂੰ ਲੱਗਦਾ ਬਹੁਤ ਬੰਦੇ, ਬਹੁਤ ਖਾਸ ਤੌਰ 'ਤੇ ਲੇਡੀਜ਼ ਉਹਦੇ ਨਾਲ ਰਿਲੇਟ ਕਰ ਸਕਣਗੇ। ਸੋ ਸਵਾਲ ਸਿੰਪਲ ਵੀ ਲੱਗਦਾ ਹੈ, ਬਟ ਵਾਕਈ ਉਹਨਾਂ ਦੇ ਹਿਸਾਬ ਨਾਲ ਜੋ ਉਹਨਾਂ ਦਾ ਡਿਲੈਮਾ ਹੈ ਇਸ ਵੇਲੇ, ਜੋ ਕਸ਼ਮਕਸ਼ ਦੇ ਵਿੱਚੋਂ ਉਹ ਨਿਕਲ ਰਹੇ ਨੇ, ਉਹ ਜ਼ਰੂਰ ਤੁਸੀਂ ਉਸਨੂੰ ਸਮਝੋਗੇ। ਆਪਣੀ ਥੋੜ੍ਹੀ ਜਿਹੀ ਪਹਿਲੇ ਦੀ ਹਿਸਟਰੀ ਦੱਸ ਰਹੇ ਨੇ, ਕਹਿੰਦੇ ਨੇ ਕਿ ਮਾਸਟਰਸ ਹੈਗੇ ਨੇ ਇੰਡੀਆ ਤੋਂ, 18 ਸਾਲ ਪਹਿਲੇ ਵਿਆਹ ਹੋਇਆ, ਵਿਆਹ ਥੋੜ੍ਹੀ ਔਡ ਸਰਕਮਸਟਾਂਸਿਸ ਵਿੱਚ ਹੋਇਆ ਕਿ ਜੰਝ ਬੂਹੇ ਜਿਵੇਂ ਕਹਿੰਦੇ ਨਾ ਕਿ ਖੜੀ ਹੋਈ ਹੈ, ਬਿਲਕੁਲ ਐਨ ਮੂਮੈਂਟ ਦੇ ਉੱਤੇ ਮੁੰਡਾ ਜਵਾਬ ਦੇ ਗਿਆ, ਕੁਛ ਜਵਾਬ ਦੇ ਗਿਆ ਜਾਂ ਕੋਈ ਐਸਾ ਹਾਲਾਤ ਹੋਏ ਕਿ ਉਸ ਮੁੰਡੇ ਨਾਲ ਵਿਆਹ ਰਹਿ ਗਿਆ। ਰਾਤ ਪਹਿਲੇ ਉਹਦਾ ਕਜ਼ਨ ਘਰ ਆਇਆ ਕਿ ਅੱਛਾ ਇਹ ਨਹੀਂ ਕਰ ਰਿਹਾ, ਅਤੇ ਇਹ ਨਾ ਹੋਏ ਕਿ ਤੁਸੀਂ ਸਾਰਾ ਮੇਲ ਆਇਆ ਹੋਇਆ, ਬਰਾਤੀ ਆਏ, ਸਭ ਕੁਛ ਹੋਇਆ ਹੋਇਆ ਅਤੇ ਮੈਂ ਰੈਡੀ ਹਾਂ। ਸੋ ਪੇਰੈਂਟਸ ਨੇ, ਸਭ ਨੇ ਸਮਝਿਆ ਕਿ ਠੀਕ ਹੈ, ਪੜ੍ਹਾਈ ਦੇ ਵਿੱਚ ਫਰਕ ਬਹੁਤ ਸੀ, ਮੁੰਡਾ ਇੰਨਾ ਨਹੀਂ ਪੜ੍ਹਿਆ ਹੋਇਆ ਸੀ, ਪਰ ਇਹ ਸੋਚਿਆ ਕਿ ਠੀਕ ਹੈ, ਸੈਟਲਡ ਹੈਗਾ, ਯੂ ਐੱਸ ਦੇ ਵਿੱਚ ਹੈਗਾ, ਅਤੇ ਉਹ ਐਜ਼ ਅ ਕਜ਼ਨ ਜਿਹੜਾ ਗਰੂਮ ਸੀਗਾ, ਜਿਹੜਾ ਉਹਦਾ ਕਜ਼ਨ ਸੀਗਾ, ਉਹ ਆਇਆ ਹੋਇਆ, ਇੱਥੋਂ ਗਿਆ ਹੋਇਆ ਸੀ। ਸੋ ਉਹਦੇ ਨਾਲ ਵਿਆਹ ਕਰਕੇ ਕੁੜੀ, ਸਾਰੇ ਨੇ ਸੋਚਿਆ ਕਿ ਇਹ ਬੈਸਟ ਡਿਸੀਜਨ ਹੈ। ਕਹਿੰਦੇ ਕਿ ਉਸ ਵੇਲੇ ਸੋਚਿਆ ਤਾਂ ਸੀ ਕਿ ਮੈਨੂੰ ਬਹੁਤ ਪਰੇਸ਼ਾਨੀ ਸੀ ਉਸ ਵੇਲੇ, ਕਿਉਂਕਿ ਐਜੂਕੇਸ਼ਨ ਦਾ ਬਹੁਤ ਡਿਫਰੈਂਸ ਸੀ, ਏਜ ਦਾ ਵੀ 9 ਈਅਰਸ ਦਾ ਡਿਫਰੈਂਸ ਸੀ। ਸੋ ਮੈਂ ਅੰਦਰੋਂ ਅੰਦਰ ਇੱਕ ਨਾ ਖੁਸ਼ ਸੀਗੀ, ਟੂ ਬੀ ਓਨੈਸਟ, ਔਰ ਕਾਫੀ ਦੇਰ ਰਹੀ ਵੀ, 2 ਸਾਲ ਇਹ ਬਾਅਦ ਇੱਥੇ ਆ ਸਕੇ, ਹੁਣ ਇਹਨਾਂ ਨੂੰ 15-16 ਸਾਲ ਇੱਥੇ ਆਏ ਨੂੰ ਵੀ ਹੋ ਗਏ ਨੇ। ਕਹਿੰਦੇ ਨੇ ਫਿਰ ਇੱਕ ਮਨ ਨੂੰ ਸਮਝਾ ਲਿਆ ਸੀ, ਬੇਬੀ ਹੋ ਗਿਆ, ਉੱਥੇ ਹੀ ਇੰਡੀਆ ਹੀ ਪ੍ਰੈਗਨੈਂਟ ਹੋ ਗਏ ਸੀ, ਸੋ ਆਉਂਦੇ ਸਾਰ ਹੀ ਇਹਨਾਂ ਵੇ ਬੇਬੀ ਹੋ ਗਿਆ। ਸੋ ਕਰਦੇ ਕਰਦੇ ਹੁਣ 2 ਮੁੰਡੇ ਨੇ, ਜਿਹੜਾ ਕਿ ਇੱਕ ਮਿਡਲ ਸਕੂਲ ਇੱਕ ਹਾਈ ਸਕੂਲ 'ਚ ਹੈ, ਨੇ ਸਾਰਾ ਟਾਈਮ, ਕਿਉਂਕਿ ਪਹਿਲੇ ਕਿਸੇ ਹੋਰ ਬਿਜ਼ਨਸ ਸੀ ਹਸਬੈਂਡ, ਫਿਰ ਉਸ ਤੋਂ ਬਾਅਦ ਇੱਕ ਬੜੀ ਟਰੈਵਲਿੰਗ ਜੋਬ ਹੋ ਗਈ, ਮਤਲਬ ਬਿਜ਼ਨਸ ਹੀ ਹੋ ਗਿਆ ਜਿਹੜਾ ਬੜਾ ਟਰੈਵਲਿੰਗ 'ਚ ਹੈਗਾ। ਸੋ ਕਾਫੀ ਦੇਰ ਨਹੀਂ ਹੁੰਦੇ ਸੀ ਘਰ, ਸੋ ਬੱਚਿਆਂ ਦੇ ਵਾਸਤੇ ਇਹਨਾਂ ਨੇ ਕੋਈ ਜੋਬ ਨਹੀਂ ਕੀਤੀ, ਹਸਬੈਂਡ ਵੀ ਨਹੀਂ ਚਾਹੁੰਦੇ ਸੀ ਔਰ ਇਹਨਾਂ ਨੂੰ ਵੀ ਲੱਗਿਆ ਕਿ ਸ਼ਾਇਦ ਉਹ ਮੁਸ਼ਕਿਲ ਹੋਏਗੀ। ਸੋ ਹੁਣ ਜੋ ਕਿ ਬੱਚੇ ਵੱਡੇ ਹੋ ਗਏ ਨੇ, ਬੜੀ ਅਜੀਬ ਜਿਹੀ ਬੋਰੀਅਤ ਜੀ ਮਹਿਸੂਸ ਹੋ ਰਹੀ ਸੀ ਜ਼ਿੰਦਗੀ 'ਚ, ਖਾਲੀਪਨ, ਅਤੇ ਮਨਾਇਆ ਹੈ ਹਸਬੈਂਡ ਨੂੰ ਕਿ ਮੈਂ ਜੋਬ ਕਰਨੀ ਹੈ। ਥੋੜ੍ਹੀ ਦੇਰ, ਸਾਲ ਡੇਢ ਪਹਿਲੇ ਵੀ ਮਨਾਇਆ ਸੀ, ਇੱਕ ਜੋਬ ਜੁਆਇਨ ਕੀਤੀ, ਉਹ ਦੇਸੀਆਂ ਦੇ ਵਿੱਚ ਸੀ, ਨਹੀਂ ਇੰਨਾ ਠੀਕ ਤਰ੍ਹਾਂ ਹੋਇਆ। ਸੋ ਫਿਰ ਦੁਬਾਰਾ ਹੋ ਗਿਆ ਕਿ ਨਹੀਂ ਇਹ ਨਹੀਂ ਚੱਲੇਗਾ, ਸੋ ਘਰ ਬੈਠ ਕੇ। ਹੁਣ ਕਹਿੰਦੇ ਇੱਕ ਨੇਬਰ ਦੇ ਥਰੂ ਇੱਕ ਕੰਪਨੀ ਦੇ ਵਿੱਚ ਰਿਸੈਪਸ਼ਨਿਸਟ ਦੀ ਜੋਬ, ਕਿਉਂਕਿ ਇੰਗਲਿਸ਼ ਸਪੀਕਿੰਗ ਵਗੈਰਾ ਕਾਫੀ ਅੱਛੀ ਹੈ, ਸੋ ਉਹ ਜੁਆਇਨ ਕੀਤੀ ਹੈ। ਆਲਮੋਸਟ 2 ਮਹੀਨੇ ਹੀ ਹੋਏ ਨੇ, ਪਰ ਕਹਿੰਦੇ ਬਹੁਤ ਇੰਜੋਏ ਕਰ ਰਹੀ ਹਾਂ, ਤਿਆਰ ਹੋ ਕੇ ਜਾਂਦੀ ਹਾਂ, ਡਰਾਈਵ ਖੁਦ ਕਰ ਰਹੀ ਹਾਂ, ਆਫਕੋਰਸ ਡਰਾਈਵ ਪਹਿਲੇ ਵੀ ਕਰਦੀ ਹਾਂ ਪਰ ਬੜਾ ਘੱਟ, ਦਿਲ ਹੀ ਨਹੀਂ ਕਰਦਾ ਸੀ ਅੱਛਾ ਆ ਰਹੇ ਹੋ, ਇਹ ਵੀ ਲਿਆਉਣਾ, ਉਹ ਵੀ ਲਿਆਉਣਾ, ਅਵੋਇਡ ਕਰਦੀ ਸੀ ਪਹਿਲੇ ਕਿ ਜਾਣਾ ਪਏ ਕਿਤੇ, ਹੁਣ ਆਈ ਲੁੱਕ ਫੋਰਵਰਡ ਟੂ ਇਟ।
ਮੈਨੂੰ ਇੰਝ ਲੱਗ ਰਿਹਾ ਮੇਰੇ 'ਚ ਹੋਰ ਕੌਨਫੀਡੈਂਸ ਆ ਰਿਹਾ ਜਸਟ ਬਿਕੋਜ਼ ਮੈਂ ਜੋਬ ਜੁਆਇਨ ਕੀਤੀ ਹੈ, ਉੱਥੇ ਜਾ ਕੇ ਸਾਰਿਆਂ ਨਾਲ ਗੱਲਬਾਤ ਕਰਨਾ ਹੀ ਮੇਰੀ ਜੋਬ ਹੈ, ਯੂ ਨੋ, ਸਾਰਿਆਂ ਨਾਲ ਇੱਕ ਤਰ੍ਹਾਂ ਨਾਲ ਠੀਕ ਠਾਕ ਰੱਖਣਾ, ਕੰਪਨੀ ਦੇ ਇੱਕੋ ਫਲੋਰ ਦੇ ਉੱਤੇ ਬਾਹਰਲੇ ਆਏ ਨੂੰ ਅਟੈਂਡ ਕਰਨਾ, ਸੋ ਉਹ ਸਾਰਾ ਕੁਝ ਮੈਂ ਇੰਜੋਏ ਕਰ ਰਹੀ ਹਾਂ, ਸਾਰੇ ਬੜੇ ਐਪਰੀਸ਼ੀਏਟ ਕਰਦੇ ਨੇ ਮੇਰਾ ਕੰਮ, ਅਤੇ ਮੇਰੀ ਇੰਝ ਲੱਗ ਰਿਹਾ ਕਿ ਮੇਰੀ ਸੈਲਫ ਇਸਟੀਮ ਆਪਣੇ ਆਪ ਇਸ ਜੋਬ ਨਾਲ ਉੱਪਰ ਹੋ ਗਈ ਹੈ, ਮਤਲਬ ਮੈਂ ਬੈਟਰ ਫੀਲ ਕਰਦੀ ਹਾਂ, ਕੌਨਫੀਡੈਂਟ ਫੀਲ ਕਰਦੀ ਹਾਂ। ਦੂਜੇ ਪਾਸੇ ਆ ਕੇ ਬੜੀ ਥੱਕ ਜਾਂਦੀ ਹਾਂ, ਇੰਝ ਲੱਗਦਾ ਜਿਵੇਂ ਬੱਚਿਆਂ ਵਾਸਤੇ ਟਾਈਮ ਨਹੀਂ ਨਿਕਲਿਆ। ਹਾਈ ਸਕੂਲਰ ਵਾਲਾ ਤਾਂ ਚਲੋ ਯੂ ਨੋ ਆਪਣੇ ਆਪ ਇੰਡੀਪੈਂਡੈਂਟ ਹੈ, ਮਿਡਲ ਸਕੂਲ ਵਾਲੇ ਨੂੰ ਥੋੜ੍ਹਾ ਜਲਦੀ ਆਉਂਦਾ ਹੈ ਮੇਰੇ ਪਹੁੰਚਣ ਤੋਂ, ਅਤੇ ਇੰਝ ਲੱਗਦਾ ਕਿ ਯੂ ਨੋ ਜਦੋਂ ਵੱਡਾ ਉਨਾ ਕੁ ਸੀਗਾ ਤਾਂ ਮੈਂ ਖੋਲ ਹੁੰਦੀ ਸੀ, ਗਰਮ ਕਰਕੇ ਰੋਟੀ ਦਿੰਦੀ ਸੀ, ਹੁਣ ਉਹ ਨਹੀਂ ਹੁੰਦਾ, ਸੋ ਥੋੜ੍ਹੀ ਜਿਹੀ ਗਿਲਟੀ ਫੀਲਿੰਗ ਵੀ ਹੈ। ਔਰ ਪਿੱਛੇ ਕਿਤੇ ਹਸਬੈਂਡ ਨੇ ਵੀ ਸੁਣਾਇਆ ਕਿ ਇੰਨੀ ਤਾਂ ਜੋਬ ਕੋਈ ਪੇਇੰਗ ਨਹੀਂ ਹੈਗੀ, ਮੈਂ ਹੋਰ ਥੋੜ੍ਹਾ ਟਾਈਮ ਲਾ ਲਾਂਗਾ ਅਤੇ ਤੂੰ ਜੋਬ ਨਾ ਕਰ ਬੇਸ਼ੱਕ, ਕਿਉਂਕਿ ਬੱਚੇ ਨਹੀਂ ਇਗਨੋਰ ਹੋਣੇ ਚਾਹੀਦੇ। ਸੋ ਕਹਿੰਦੇ ਦੋਨੋਂ ਪਾਸੇ ਮਨ ਇਹ ਲੱਗਦਾ ਕਿ ਇਹ ਨਾ ਹੋਏ ਕਿ ਮੈਂ ਕੋਈ ਗਲਤੀ ਕਰ ਰਹੀ ਹੋਵਾਂ, ਕਿ ਬੱਚੇ ਇਗਨੋਰ ਨਾ ਹੋ ਜਾਣ, ਪਰ ਐਨਰਜੀ ਆ ਕੇ ਕਾਫੀ ਘਟੀ ਹੁੰਦੀ ਹੈ। ਸੋ ਬੜੀ ਵਾਰੀ ਇੰਝ ਹੁੰਦਾ ਕਿ ਪਹਿਲੇ ਹੀ ਮੈਂ ਵੀਕਐਂਡ 'ਤੇ ਬਣਾ ਲਾਂ, ਉਹ ਕਰ ਲਾਂ, ਉਹਨਾਂ ਨੂੰ ਕਹਾਂਗੀ ਆਪ ਲੈ ਲਓ, ਪਰ ਮੈਂ ਥੱਕੀ ਹੁੰਦੀ ਹਾਂ ਬਹੁਤ। ਸੋ ਕੀ ਮੈਨੂੰ ਜੋਬ ਵਾਕਈ ਕੰਟੀਨਿਊ ਰੱਖਣੀ ਚਾਹੀਦੀ ਹੈ, ਜਿਹੜੀ ਕਿ ਮੈਨੂੰ ਬੜੀ ਅੱਛਾ ਫੀਲਿੰਗ ਦੇ ਰਹੀ ਹੈ ਆਪਣੇ ਬਾਰੇ, ਆਪਣੇ ਯੂ ਨੋ ਆਈ ਐਮ ਇੰਜੋਇੰਗ ਦਿਸ ਜੋਬ, ਐਂਡ ਇੱਕ ਤਿਆਰ ਹੋ ਕੇ ਬਾਹਰ ਨਿਕਲਦੀ ਹਾਂ, ਖੁਦ ਡਰਾਈਵ ਕਰਕੇ ਉਸ ਜਗ੍ਹਾ 'ਤੇ ਜਾਂਦੀ ਹਾਂ, ਵਾਪਸੀ 'ਤੇ ਜਾਂ ਇਨ ਬਿਟਵੀਨ ਵੀ ਕੋਈ ਚੀਜ਼ ਲੈਣੀ ਕਰਨੀ ਹੋਏ ਮੈਂ ਫਟਾਫਟ ਕਾਰ ਚੁੱਕ ਕੇ ਯੂ ਨੋ ਆਈ ਡੂ ਦੈਟ। ਸੋ ਜਿਹੜਾ ਸਪੈਸ਼ਲੀ ਜਾਣਾ ਹੁੰਦਾ ਸੀ ਕਿਤੇ ਔਰ ਮੈਂ ਅਵੋਇਡ ਕਰਦੀ ਸੀ, ਉਹ ਵੀ ਨਹੀਂ ਹੁਣ ਮੈਨੂੰ ਲੱਗਦਾ, ਸਗੋਂ ਸਾਰੇ ਕੰਮ ਉਸੀ ਪੀਰੀਅਡ ਦੇ ਵਿੱਚ ਹੋ ਜਾਂਦੇ ਹੈ। ਸੋ ਉਸ ਤਰ੍ਹਾਂ ਸਾਰਾ ਕੁਝ ਠੀਕ ਹੈ, ਪਰ ਮੈਨੂੰ ਇੰਝ ਲੱਗਦਾ ਕਿ ਬੱਚਿਆਂ ਕਰਕੇ ਮੈਂ ਕੋਈ ਗਲਤੀ ਤਾਂ ਨਹੀਂ ਕਰ ਰਹੀ, ਇਸ ਡਿਲੇਮਾ ਦੇ ਵਿੱਚ ਹਾਂ ਕਿ ਹੋਰ ਥੋੜ੍ਹੀ ਦੇਰ ਰੁਕਣਾ ਚਾਹੀਦਾ ਹੈ ਕਿ ਫਿਰ ਬਹੁਤ ਲੇਟ ਹੋ ਜਾਂਗੀ, ਕਿਉਂਕਿ ਹੁਣ ਵੀ ਮੈਂ 42-43 ਦੀ ਹੋ ਗਈ ਹਾਂ, ਜੋਬ ਉਸ ਤੋਂ ਬਾਅਦ ਸ਼ਾਇਦ ਮਿਲਣੀ ਮੁਸ਼ਕਿਲ ਹੋਏ। ਸੋ ਇਸੀ ਕਸ਼ਮਕਸ਼ਮ 'ਚ ਹਾਂ ਕਿ ਗੱਲਬਾਤ ਦੇ ਵਿਊਜ਼ ਕੀ ਕਹਿੰਦੇ ਆ, ਬਹੁਤ ਰੈਗੂਲਰ ਵੀਅਰ ਹਾਂ ਔਰ ਤੁਸੀਂ ਕੀ ਕਹਿੰਦੇ ਹੋ ਸਾਰੇ, ਬਹੁਤ ਜਾਣਨ ਨੂੰ ਕਹਿੰਦੇ ਨੇ, ਮੈਂ ਬਹੁਤ ਜ਼ਿਆਦਾ ਇੰਟਰਸਟਿਡ ਹਾਂ ਕਿ ਤੁਸੀਂ ਸਾਰਿਆਂ ਦੀ ਕੀ ਰਾਏ ਹੈ, ਮੈਂ ਇਹ ਰਿਕਾਰਡਿਡ ਸ਼ੋਅ ਜ਼ਰੂਰ ਦੇਖਾਂਗੀ ਔਰ ਤੁਹਾਨੂੰ ਜ਼ਰੂਰ ਫੀਡਬੈਕ ਭੇਜਾਂਗੀ ਕਿ ਮੈਨੂੰ ਕੀ ਲੱਗਿਆ। ਸੋ ਕਾਫੀ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ ਇਸ ਮੰਚ ਦੇ ਉੱਤੇ ਔਰ ਯੂ ਨੋ ਬੜੇ ਪੁਰਾਣੇ ਸਾਡੇ ਵਿਊਅਰ ਨੇ, ਖੁਦ ਪਰਿਵਾਰ ਨੂੰ ਸਾਰੇ ਇੱਕ ਬੈਠ ਕੇ ਸਲਾਹ ਲੈ ਰਹੇ ਨੇ। ਸੋ ਆਪਣੀ ਕਸ਼ਮਕਸ਼ ਬਿਲਕੁਲ ਇਹਨਾਂ ਨੇ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ ਕਿ ਇੱਕ ਪਾਸੇ ਤਾਂ ਜੋਬ ਹੈ ਜਿਹੜੀ ਕਿ ਇੱਕ ਸੈਲਫ ਕੌਨਫੀਡੈਂਸ ਦੇ ਰਹੀ ਹੈ, ਇੱਕ ਫੀਲ ਬੈਟਰ ਕਰਾ ਰਹੀ ਹੈ, ਯੂ ਨੋ ਹੈਪੀਅਰ ਹਾਂ, ਕੌਨਫੀਡੈਂਟ ਹਾਂ, ਦੂਸਰੇ ਪਾਸੇ ਇੱਕ ਕਿਤੇ ਗਿਲਟ ਕਿ ਕਿਤੇ ਮੇਰਾ ਬੱਚਾ ਜਦੋਂ ਘਰ ਆਉਂਦਾ ਤਾਂ ਇਹ ਤਾਂ ਨਹੀਂ ਕਿ ਮਾਂ ਹੋਣੀ ਜ਼ਰੂਰੀ ਹੈ ਉਹਨੂੰ ਗਰਮ ਰੋਟੀ ਦੇਣ ਵਾਸਤੇ, ਜਿਹੜਾ ਕਿ ਵੱਡੇ ਮੁੰਡੇ ਨੂੰ ਨਸੀਬ ਹੋਇਆ ਸੀ ਅਤੇ ਉਹ ਦਰਵਾਜ਼ਾ ਆਪੇ ਖੋਲ੍ਹ ਕੇ ਅੰਦਰ ਆਉਂਦਾ। ਸੋ ਕੀ ਉਹਨੂੰ ਮੈਂ ਨਿਗਲੈਕਟ ਤਾਂ ਨਹੀਂ ਕਰਦਾਂਗੀ, ਇਗਨੋਰ ਤਾਂ ਨਹੀਂ ਹੋ ਜਾਏਗਾ ਕੋਈ ਐਸੇ ਦੇ ਵਿੱਚ, ਤੁਸੀਂ ਸਾਰੇ ਕੀ ਕਹਿੰਦੇ ਹੋ? ਸੋ ਬਹੁਤ ਅੱਛਾ ਸਵਾਲ ਹੈ ਔਰ ਮੈਂ ਤਾਂ ਹੀ ਪਹਿਲੇ ਕਿਹਾ ਸੀ ਕਿ ਕਾਫੀ ਬੰਦੇ ਇਸ ਚੀਜ਼ ਨਾਲ, ਕਾਫੀ ਲੇਡੀਜ਼ ਇਸ ਚੀਜ਼ ਨਾਲ ਰਿਲੇਟ ਕਰ ਪਾਉਣਗੀਆਂ। ਜ਼ਰੂਰ ਦੱਸੋ ਤੁਹਾਨੂੰ ਤੁਸੀਂ ਕੀ ਕਹਿੰਦੇ ਹੋ, ਜਲਦੀ ਜਲਦੀ ਕਾਲ ਜ਼ਰੂਰ ਮਿਲਾਓ ਕਿਉਂਕਿ ਸਭ ਦੀ ਰਾਏ ਬੜੀ ਜ਼ਰੂਰੀ ਹੈ। ਮੈਂ ਅਕਸਰ ਕਹਿੰਦੀ ਹਾਂ ਇੱਕ ਵਾਕਿਆ, ਇੱਕ ਸੈਂਟੈਂਸ, ਯੂ ਨੋ ਇੱਕ ਅੱਖਰ, ਕਈ ਵਾਰੀ ਕਿਸੇ ਦਾ ਕਿਹਾ ਹੋਇਆ ਮੈਨੂੰ ਬਾਅਦ 'ਚ ਫੀਡਬੈਕ ਮਿਲਦਾ ਕਿ ਫਲਾਣੇ ਨੇ ਇਹ ਕਿਹਾ ਸੀ ਨਾ ਅਤੇ ਮੈਂ ਇਹ ਸੋਚਿਆ ਔਰ ਮੇਰਾ ਡਿਫਰੈਂਟ ਸੋਚ ਹੋ ਗਈ ਹੈ ਹੁਣ। ਸੋ ਬਿਲਕੁਲ ਵੀ ਕਦੀ ਆਪਣੀ ਰਾਏ ਨੂੰ ਛੋਟਾ ਨਾ ਸਮਝੋ ਕਿ ਨਹੀਂ ਮੈਨੂੰ ਨਹੀਂ ਪਤਾ ਇਸ ਚੀਜ਼ ਬਾਰੇ, ਜੋ ਵੀ ਤੁਸੀਂ ਸੋਚ ਰਹੇ ਹੋ ਉਹਨੂੰ ਸ਼ੇਅਰ ਕਰਨਾ ਜ਼ਰੂਰੀ ਹੈ। ਲੈਟਸ ਸੀ ਕੀ ਕਹਿ ਰਹੇ ਨੇ ਸਾਰੇ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜਸਪ੍ਰੀਤ, ਦੱਸੋ ਕੀ ਕਹਿੰਦੇ ਹੋ ਇਹਨਾਂ ਨੂੰ? ਬੜਾ ਅੱਛਾ ਸਵਾਲ ਆ ਤੇ ਰੀਸੈਂਟਲੀ ਨਾ ਮੈਂ ਕੁਝ ਸੁਣਿਆ ਸੀਗਾ। ਅੱਛਾ ਜੀ, ਚਾਰ ਰੀਜ਼ਨਸ ਹੈਪੀਨੈਸ ਜਿਹੜੇ ਸਭ ਤੋਂ ਜ਼ਿਆਦਾ ਦਿੰਦੇ ਆ ਤੁਹਾਨੂੰ, ਖੁਸ਼ੀ ਦਿੰਦੇ ਆ। ਓਕੇ, ਗੋ ਅਹੈਡ। ਤੇ ਸਭ ਤੋਂ ਇੱਕ ਤਾਂ ਐਕਸਟੈਂਡਡ ਫੈਮਿਲੀ ਸੀ। ਅੱਛਾ ਜੀ, ਤੇ ਇੱਕ ਹੋਰ ਸੀਗਾ, ਉਹ ਇੰਪੋਰਟੈਂਟ ਸੀ ਪਰ ਉਹ ਕਹਿੰਦੇ ਸਭ ਤੋਂ ਇੰਪੋਰਟੈਂਟ ਫੈਕਟਰ ਉਹਦੇ ਵਿੱਚ ਸੀਗਾ ਤੁਹਾਡਾ ਕੰਮ। ਅੱਛਾ ਜੀ, ਜੇ ਤੁਹਾਨੂੰ ਜਿਹੜਾ ਤੁਹਾਨੂੰ ਕੋਈ ਪਰਪਸ ਦਿੰਦਾ ਹੈਗਾ ਕੰਮ, ਤੁਸੀਂ ਬਹੁਤ ਪਸੰਦ ਕਰਦੇ ਹੋ, ਤੁਹਾਡੇ ਕੋਲ ਚੰਗੇ ਹੈਗੇ ਆ, ਉਹਦੇ ਨਾਲ ਬੰਦੇ ਨੂੰ ਸਭ ਤੋਂ ਜ਼ਿਆਦਾ ਖੁਸ਼ੀ ਮਿਲਦੀ ਆ।
ਠੀਕ ਹੈ ਸੋ ਮੈਂ ਇਹਨਾਂ ਨੂੰ ਕਹਾਂਗੀ ਬਹੁਤ ਲੱਕੀ ਹੈਗੇ ਆ ਤੇ ਬੜੀ ਖੁਸ਼ ਹੈਗੇ ਆ ਇਹ ਜੋਬ ਇਹਨਾਂ ਦੀ ਪਸੰਦੀਦਾ ਹੈਗਾ ਤੇ ਠੀਕ ਹੈ ਗਿਲਟੀ ਹੁੰਦੀ ਹੈ ਸਾਰਿਆਂ ਨੂੰ ਫੀਲਿੰਗ ਪਰ ਇਹ ਗਿਲਟੀ ਨਾ ਫੀਲ ਕਰਨ ਮੈਂ ਕਹਾਂਗੀ ਇੱਕ ਅਪਰਚੁਨਿਟੀ ਸਮਝਣ ਜੀ ਜਿਹੜਾ ਵੱਡਾ ਮੁੰਡਾ ਹੈਗਾ ਨਾ ਉਹਨੂੰ ਥੋੜੀ ਹੋਰ ਜ਼ਿੰਮੇਵਾਰੀ ਮਿਲ ਸਕਦੀ ਹੈ ਆਪਣੇ ਛੋਟੇ ਭਰਾ ਦਾ ਜੋ ਟੇਕ ਕੇਅਰ ਕਰਨਾ ਜਾਂ ਉਹਨੂੰ ਦੇਖਣਾ ਆਫਟਰ ਸਕੂਲ ਠੀਕ ਹੈ ਤੇ ਜਾਂ ਮੀਲ ਪਰ ਸਨੈਕ ਦੇਣਾ ਜੋ ਵੀ ਦੇਖਣਾ ਥੋੜੀ ਹੋਰ ਉਹਦੀ ਜ਼ਿੰਮੇਵਾਰੀ ਵੱਧ ਸਕਦੀ ਹੈ ਤੇ ਮਾਂ ਬੈਠ ਕੇ ਦੋਨੋਂ ਬੱਚਿਆਂ ਨਾਲ ਵੀ ਮੁੰਡਿਆਂ ਨਾਲ ਗੱਲ ਕਰ ਸਕਦੀ ਹੈ ਵੀ ਜੋ ਉਹ ਐਕਸਪੈਕਟੇਸ਼ਨ ਜੋ ਰੂਲਸ ਹੈਗੇ ਆ ਜਿਸ ਤਰ੍ਹਾਂ ਚਾਹੁੰਦੇ ਆ ਜਿਸ ਕਰੇ ਨਹੀਂ ਹੈਗੇ ਬਹੁਤ ਵਧੀਆ ਤੇ ਉਹ ਪ੍ਰੋਸੀਜਰ ਉਹ ਫਾਲੋ ਕਰ ਸਕਦੇ ਆ ਤੇ ਯੂ ਕੈਨ ਡੈਫੀਨੇਟਲੀ ਡੂ ਇਟ ਉਹਦੇ ਵਾਸਤੇ ਕੀ ਕਰੋ ਇਹਨਾਂ ਨੇ ਕਾਫੀ ਚੀਜ਼ਾਂ ਦੱਸੀਆਂ ਮੈਂ ਇੱਕ ਹੋਰ ਕਾਲ ਲੈਣੀ ਹੈ ਲੈਟਸ ਸੀ ਕੀ ਕਹਿ ਰਹੇ ਨੇ ਹੈਲੋ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਨਸੀਬ ਜੀ ਕੀ ਕਹਿੰਦੇ ਹੋ ਥੈਂਕ ਯੂ ਫਾਰ ਕਾਲਿੰਗ ਬੜੇ ਦਿਨਾਂ ਬਾਅਦ ਤੁਹਾਡੀ ਆਵਾਜ਼ ਸੁਣੀ ਹੈ ਹਾਂ ਮਿਲੀ ਮੈਂ ਮਿਲਾਉਣੀ ਆ ਪਰ ਉਹ ਤੁਸੀਂ ਲੈ ਨਹੀਂ ਰਹਿੰਦੇ ਹੁੰਦੇ ਓਕੇ ਆਪੇ ਕੱਲ ਅੱਗੇ ਹੋ ਜਾਂਦੇ ਆ ਅੱਛਾ ਜੀ ਅੱਛਾ ਜੀ ਪਰ ਅਲੀ ਤਾਂ ਮੈਂ ਇੱਕੋ ਬੋਲੇ ਆ ਭੈਣ ਜੀ ਜੀ ਮੈਂ ਤਾਂ ਇਹ ਸੋਚਦੀ ਆ ਵੀ ਬੱਚਿਆਂ ਦਾ ਮੈਨੂੰ ਲੱਗਦਾ ਬੱਚਿਆਂ ਦਾ ਇੱਥੇ ਨਾ ਨਿਗਾਹ ਰੱਖਣੀ ਜ਼ਰੂਰੀ ਆ ਜੀ ਤੇ ਜੋਬ ਜੇ ਤਾਂ ਦੱਸ ਪੈਣ ਦੀ ਜੋਬ ਚੰਗੀ ਆ ਹਾਂਜੀ ਸਰੀ ਜਾਂਦਾ ਹੈ ਫਿਰ ਮਤਲਬ ਬੱਚਿਆਂ ਦਾ ਮੈਨੂੰ ਤਾਂ ਛੋਟੇ ਮੁੰਡੇ ਚ ਧਿਆਨ ਦੇਣਾ ਚਾਹੀਦਾ ਮੇਰਾ ਭਰਾ ਭਰਾ ਗੁੱਸੇ ਹੋ ਜਾਣਾ ਘਰੇ ਕੋਈ ਬਾਹਰ ਖੋਲਦੇ ਸਮੇਂ ਕੋਈ ਹੋਰ ਪ੍ਰੋਬਲਮ ਆਵੇ ਓਕੇ ਬੱਚਾ ਆਪ ਖਾਣਾ ਬਣਾਵੇ ਕੋਈ ਗਲਤ ਕੰਮ ਹੋ ਜੇ ਹਨਾ ਅੱਛੀ ਤੇ ਜੇ ਬੱਚਾ ਸਮਝਦਾਰ ਆ ਵੱਡਾ ਦੋਨਾਂ ਦਾ ਪਿਆਰ ਆ ਹਾਂਜੀ ਫਿਰ ਹਲੇ ਜੋਬ ਕਰੀ ਜਾਵੇ ਬਹੁਤ ਵਧੀਆ ਹੈ ਠੀਕ ਹੈ ਤੇ ਇਹ ਗਾਂ ਦੇ ਹਸਬੈਂਡ ਦੀ ਬੜੀ ਜ਼ਿਆਦੀ رائے ਲਵੇ ਠੀਕ ਪੈਸਾ ਵੀ ਨਹੀਂ ਵੀ ਜ਼ਰੂਰੀ ਹੁੰਦਾ ਵੀ ਬੱਚੇ ਮਤਲਬ ਬੱਚੇ ਦਾ ਵੀ ਖਿਆਲ ਰੱਖਣਾ ਜ਼ਰੂਰੀ ਹੈ ਬੇਬੀ ਬਿਲਕੁਲ ਨਹੀਂ ਰੱਖ ਸਕਦੇ ਬਿਲਕੁਲ ਬਿਲਕੁਲ ਹਾਂ ਇਹ ਬੱਚਾ ਜੇ ਸੋਚੇ ਬੱਚਾ ਕਹਿੰਦਾ ਮੈਂ ਖੁਸ਼ ਆ ਮੰਮੀ ਕੋਈ ਨਾ ਤੂੰ ਘੰਟਾ ਦੋ ਘੰਟਾ ਘੰਟੇ ਦਾ ਫਰਕ ਪੈਂਦਾ ਉਹ ਜ਼ਿਆਦਾ ਨਹੀਂ ਪੈਂਦਾ ਹਾਂਜੀ ਹਾਂਜੀ ਇੰਨਾ ਕੁ ਤਾਂ ਕੋਈ ਫਰਕ ਨਹੀਂ ਹੈ ਜੋਬ ਕਰੀ ਜਾਵੇ ਠੀਕ ਹੈ ਨਸੀਬ ਜੀ ਬਹੁਤ ਬਹੁਤ ਵਧੀਆ ਸੋ ਨਸੀਬ ਜੀ ਦਾ ਕਹਿਣਾ ਹੈ ਕਿ ਗੋਲ ਇਹ ਨਾ ਹੋਏ ਕਿ ਵਾਕਈ ਇਗਨੋਰ ਜਾਂ ਨਿਗਲੈਕਟ ਹੋ ਰਹੇ ਹੋਣ ਬੱਚੇ ਕਿਉਂਕਿ ਮੰਨਦੇ ਆ ਕਿ ਏਜਸ ਬੜੀਆਂ ਡੈਲੀਕੇਟ ਹੈ ਮਿਡਲ ਸਕੂਲਰ ਯੂ ਨੋ ਮਿਡਲ ਸਕੂਲਰ ਹੋਰ ਬੜੀ ਆਪਣੀ ਲਾਈਫ 'ਚ ਇੱਕ ਔਕਵਰਡ ਜੀ ਪੋਜੀਸ਼ਨ 'ਚ ਹੁੰਦਾ ਹੈ ਔਕਵਰਡ ਜੀ ਫੇਜ਼ ਵਿੱਚੋਂ ਨਿਕਲ ਰਿਹਾ ਹੁੰਦਾ ਇੱਕ ਯੂ ਨੋ ਪੇਅਰ ਪ੍ਰੈਸ਼ਰ ਔਰ ਤਾਂ ਕਿ ਉਹ ਐਕਸੈਪਟੈਂਸ ਮਿਲੇ ਉਹਨੂੰ ਸੋ ਉਹ ਬੜਾ ਇੱਕ ਅਟੈਂਸ਼ਨ ਵਾਲਾ ਟਾਈਮ ਹੈ ਜਿਹੜਾ ਕਿ ਬੱਚੇ ਨੂੰ ਜ਼ਰੂਰਤ ਹੈ ਹਾਈ ਸਕੂਲਰ ਟੂ ਯੂ ਨੋ ਉਹ ਵੀ ਹੈਗਾ ਪਰ ਉਹ ਚੀਜ਼ ਅਗਰ ਕਰਦੇ ਕਰਦੇ ਤੁਸੀਂ ਇਹ ਜੋਬ ਕਰ ਸਕਦੇ ਹੋ ਅਤੇ ਨਸੀਬ ਜੀ ਕਹਿੰਦੇ ਨੇ ਕਿ ਗੋ ਅਹੈਡ ਬਟ ਉਹ ਚੀਜ਼ ਅਨਗਹਿਲੀ ਨਾ ਹੋਏ ਕਿ ਉਸ ਪਾਸੇ ਧਿਆਨ ਘਟੇ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ ਸਾਰਿਆਂ ਦਾ ਫਿਰ ਸਵਾਗਤ ਹੈ ਗੱਲ ਹੋ ਰਹੀ ਹੈ ਲੇਡੀ ਨਾਲ ਜਿਹੜੀ ਕਿ ਇੱਕ ਡਿਲੈਮਾ ਸ਼ੇਅਰ ਕਰ ਰਹੀ ਆਪਣੇ ਕਿ ਇੱਕ ਪਾਸੇ ਕੰਮ ਹੈ ਨਵਾਂ ਜੁਆਇਨ ਕੀਤਾ ਹੈ ਉਹ ਵੀ ਜ਼ਰੂਰ ਅਸੀਂ ਇਹ ਯਾਦ ਰੱਖੀਏ ਕਿ ਇੰਨੇ ਸਾਲਾਂ ਤੋਂ ਕੰਮ ਬਾਹਰਲਾ ਕੰਮ ਨਹੀਂ ਕੀਤਾ ਅਤੇ ਹੁਣ ਕਰਦਾ ਤਾਂ ਘਟਿਆ ਨਹੀਂ ਹੈ ਉਹ ਤਾਂ ਰਹਿਣਾ ਹੀ ਹੈ ਘੰਟੇ ਉਨੇ ਹੀ ਹੈ ਔਰ ਨਵਾਂ ਕੰਮ ਜੁਆਇਨ ਕੀਤਾ ਅੱਛਾ ਬਹੁਤ ਲੱਗ ਰਿਹਾ ਹੈ ਕਿ ਇੱਕ ਨਵੀਂ ਚੀਜ਼ ਹਮੇਸ਼ਾ ਅੱਛੀ ਲੱਗਦੀ ਹੈ ਬਟ ਐਨਰਜੀ ਘਟਦੀ ਵੀ ਹੈ ਯੂ ਨੋ ਯੂ ਆਰ ਨੋਟ ਯੂਜ਼ ਟੂ ਦੈਟ ਸੋ ਵੈਨ ਸ਼ੀ ਕਮਸ ਬੈਕ ਜਦੋਂ ਵਾਪਸ ਆਉਂਦੇ ਹਾਂ ਤਾਂ ਲੱਗਦਾ ਕਿ ਥੱਕੀ ਹੋਈ ਹਾਂ ਇੰਨੀ ਜਾਣਨੀ ਹੈ ਜਿੰਨੀ ਕਿ ਯੂ ਨੋ ਉਹਨਾਂ ਨੂੰ ਲੱਗਦਾ ਕਿ ਉਹਨਾਂ 'ਚ ਹੋਣੀ ਚਾਹੀਦੀ ਹੈ ਬੱਚਿਆਂ ਵਾਸਤੇ ਸੋ ਆਪਣਾ ਸ਼ੇਅਰ ਕਰ ਰਹੇ ਨੇ ਕੀ ਕਹਿੰਦੇ ਹੋ ਜ਼ਰੂਰ ਦੱਸੋ ਇਹਨਾਂ ਨੂੰ ਪੁੱਛਦੇ ਹਾਂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੈਲੋ ਪਲੀਜ਼ ਦੁਬਾਰਾ ਕਾਲ ਕਰੋ ਲੈਟਸ ਸੀ ਹੋਰ ਕੀ ਕਹਿ ਰਹੇ ਨੇ ਹੈਲੋ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਦੱਸੋ ਜੀ ਜੋਗਿੰਦਰ ਜੀ ਕੀ ਕਹਿੰਦੇ ਹੋ ਹਾਂਜੀ ਇੱਕ ਤਾਂ ਨਾ ਜਿਹੜੀ ਜੋਬ ਹੈ ਉਹ ਛੱਡਣ ਵਿੱਚ ਕੋਈ ਫਾਇਦਾ ਨਹੀਂ ਹੈਗਾ ਓਕੇ ਫਿਰ ਆਪਣੇ ਹਸਬੈਂਡ ਨੂੰ ਤੇ ਬੜੇ ਬੇਟੇ ਨੂੰ ਥੋੜਾ ਸਮਝਾਏ ਵੀ ਛੋਟੇ ਬੇਟੇ ਦਾ ਖਿਆਲ ਰੱਖੇ ਠੀਕ ਹੈ ਤੀਜੀ ਗੱਲ ਹੈਗੀ ਆ ਹੈਲਥ ਦੀ ਇਹ ਤਾਂ ਉਹ ਪੜ੍ਹੀ ਲਿਖੀ ਉਹ ਕੁੜੀ ਹੈ ਅੱਜ ਕੱਲ ਤਾਂ ਉਹ ਕੈਪਸੂਲ ਉਹ ਮਿਲਦੇ ਨੇ ਵਿਟਾਮਿਨ ਦੇ ਇੱਕ ਹੈਗਾ ਉਹ ਵੂਮਨ
ਵਾਂਸ ਦੇ ਉਹ ਬਾਸਕਟ ਤੋਂ ਮਿਲਦਾ ਹੋਏ ਵਾਲੇ ਇੱਕ ਪੈਸੋ ਅਨੋਲੀ ਵਾਸਤੇ ਠੀਕ ਹੈ। ਹੋਰ ਬੜੀ ਚੀਜ਼ਾਂ ਨੇ, ਹੋਰ ਫਰੂਟ ਆ, ਹੋਰ ਚੀਜ਼ਾਂ ਨੇ। ਹਾਂਜੀ, ਤੇ ਸਿਹਤ ਦਾ ਵੀ ਆਪਣੀ ਧਿਆਨ ਰੱਖੇ, ਤੇ ਜਿਹੜੇ ਖਾਣੇ ਜੇ ਹੈਗਾ ਸਬਜ਼ੀਆਂ ਸੁਬਜ਼ੀਆਂ ਉਹ ਸੈਟਰਡੇ ਤੇ ਸੰਡੇ ਨੂੰ ਉਹ ਬਣਾਵੇ। ਠੀਕ ਹੈ, ਇਹ ਹੋ ਸਕਦਾ, ਹੋਰ ਕੀ ਹੋ ਸਕਦਾ। ਬਾਕੀ ਆਪਣੇ ਜਿਹੜੇ ਬੇਟੇ ਨੂੰ ਵੀ ਪਿਆਰ ਉਹ ਕਰੇ ਜਦੋਂ ਆਏ, ਤੇ ਹੋ ਜੂ ਹੌਲੇ ਹੌਲੇ, ਉਹ ਵੀ ਆਪਣਾ ਵੱਡਾ ਹੋਏਗਾ, ਹੁਣ ਛੋਟਾ ਤਾਂ ਹੋਣਾ ਨੀ ਆਉਣਾ। ਰਾਈਟ, ਠੀਕ ਹੈ, ਬਹੁਤ ਵਧੀਆ ਜੋਗਿੰਦਰ ਜੀ, ਥੈਂਕ ਯੂ ਸੋ ਮਚ। ਮੈਂ ਹੋਰ ਪੁੱਛਦੀ ਹਾਂ, ਇਹ ਕੀ ਕਹਿ ਰਹੇ ਨੇ? ਹੈਲੋ, ਹਾਂਜੀ ਬੇਟਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਆਂਟੀ ਜੀ, ਕੀ ਕਹਿੰਦੇ ਹੋ ਇਹਨਾਂ ਨੂੰ? ਮੈਂ ਕੀ ਕਹਿਣਾ, ਮੈਂ ਇਹ ਕਹਾਂਗੀ, ਤੁਸੀਂ ਆਪ ਹੀ ਕਈ ਵਾਰ ਵਿਸ਼ਾ ਟੋਪਿਕ ਲੈ ਕੇ ਆਉਂਦੇ ਹੋ, ਤੇ ਮਾਂ ਨੂੰ ਖਾਸ ਕਰਕੇ ਬੱਚਿਆਂ ਦਾ ਧਿਆਨ ਦੇਣਾ ਚਾਹੀਦਾ ਹੈ, ਬੱਚਿਆਂ ਨੂੰ ਗਾਈਡ ਕਰਨਾ ਚਾਹੀਦਾ, ਫੂਡ ਦਾ ਹਰ ਚੀਜ਼ ਦਾ ਧਿਆਨ ਦੇਣਾ ਚਾਹੀਦਾ ਹੈ, ਤੇ ਮਾਂ ਬੱਚਿਆਂ ਕੋਲ ਹੋਵੇ ਤੇ ਬੱਚਿਆਂ ਦਾ ਮੋਹ ਪਿਆਰ ਵੀ ਵੱਧਦਾ ਹੈ। ਹਾਲੇ ਬੱਚੇ ਛੋਟੇ ਨੇ, ਮੇਰਾ ਡਿਫਰੈਂਟ ਕੁਐਸਚਨ, ਮੈਂ ਇਹ ਕਹਾਂਗੀ, ਜੇ ਉਹਦੇ ਹਸਬੈਂਡ ਕਹਿੰਦੇ ਹਨ ਨਾ ਵੀ ਥੋੜਾ ਟਾਈਮ ਹੋ ਰਿਹਾ, ਸਾਡੇ ਵੀ ਇੱਥੇ ਇਹ ਬਣਿਆ ਹੋਇਆ, ਤੇ ਹਸਬੈਂਡ 2 ਘੰਟੇ ਤਾਂ ਢਾਈ ਤਿੰਨ ਹੋਰ ਲਾ ਲੈਂਦੇ ਹਨ, ਤੇ ਜਿਹੜੀ ਵਾਈਫ ਨਾਲ ਤਾਂ ਘਰ ਸਾਂਭਿਆ ਜਾਂਦਾ ਹੈ, ਨਾਲੇ ਆਦਮੀ ਆਪਣੇ ਹਸਬੈਂਡ ਆਏ ਨੂੰ ਸੋਹਣਾ ਖਾਣਾ ਬਣ ਜਾਂਦਾ, ਤਾਜ਼ਾ ਮਿਲ ਜਾਂਦਾ ਹੈ, ਨਾਲੇ ਬੱਚੇ ਸੰਭਾਲ ਹੋ ਜਾਂਦੀ। ਜੇ ਉਹ ਥੋੜਾ ਟਾਈਮ ਗੈਪ ਨਾ ਵੀ ਜੋਬ ਕਰਨਗੇ ਤਾਂ ਕੋਈ ਗੱਲ ਨਹੀਂ ਹੈਗੀ, ਪਰ ਛੋਟਾ ਤੁਸੀਂ ਕਹੋ ਨਾ ਕੋਲਰ ਕਹਿ ਗਏ ਨੇ, ਵੱਡਾ ਮੁੰਡਾ ਜਿਹੜਾ ਬੱਚਾ ਹੈ ਉਹਦਾ, ਉਹ ਸੰਭਾਲ ਕਰੇਗਾ? ਨਹੀਂ, ਉਹ ਗੇਮ ਤੇ ਲਾ ਲੇਗਾ ਜਾਂ ਜੂਸ ਜਾਂ ਸਪੀਨ ਨੂੰ ਦੇ ਦੇਗਾ, ਜਿੰਨਾ ਮਾਂ ਨੇ ਟੇਕ ਕੇਅਰ ਕਰਨੀ ਛੋਟੇ ਦੀ, ਉਹ ਭਰਾ ਨੀ ਕਰ ਸਕੇਗਾ, ਉਹ ਵੀ ਬਚਪਨ ਹੀ ਹੈ। ਜਿੰਨਾ ਚਿਰ ਥੋੜੇ ਵੱਡੇ ਨਹੀਂ ਹੁੰਦਾ ਛੋਟਾ, ਤੇ ਨਹੀਂ ਵੀ ਜਾਬ ਕਰਨਗੇ ਤਾਂ ਲੰਘ ਜਾਏਗਾ, ਪਰ ਬੱਚਿਆਂ ਨੂੰ ਗਾਈਡ ਕਰਨਾ ਬੜਾ ਜ਼ਰੂਰੀ ਹੈ, ਬੱਚਿਆਂ ਕੋਲ ਰਹਿਣਾ ਬੜਾ ਜ਼ਰੂਰੀ ਹੈ। ਜੀ ਜੀ ਜੀ, ਬਹੁਤ ਵਧੀਆ, ਥੈਂਕ ਯੂ ਸੋ ਮਚ ਆਂਟੀ ਜੀ। ਔਰ ਛੋਟਾ ਬਹੁਤ ਛੋਟਾ ਨਹੀਂ ਹੈ, ਉਹ 14-15 ਸਾਲ ਦਾ ਮੁੰਡਾ ਹੈ। ਸੁਣਿਆ ਹੈ, ਫਿਰ ਵੀ ਬੱਚਾ ਹੈ ਹਾਲੀ, ਜਦ ਤੱਕ 17-18 ਸਾਲ ਦੇ ਦੋਨੋਂ ਭੈਣ ਭਰਾ ਹੋ ਜਾਣ, ਫਿਰ ਭਾਵੇਂ ਟੂ ਮੱਚ ਜਾਓ, ਭਾਵੇਂ ਕਿੰਨੇ ਕਿੰਨੇ ਘੰਟੇ ਲਾ ਲਵੇ, ਫਿਰ ਆਖੀਦਾ ਸਾਡੇ ਬੱਚੇ ਆਪਣੇ ਆਪ ਜੋਗੇ ਹੈਗੇ। ਠੀਕ ਹੈ, ਠੀਕ ਹੈ, ਬਹੁਤ ਵਧੀਆ, ਥੈਂਕ ਯੂ ਸੋ ਮਚ ਆਂਟੀ ਜੀ। ਹੋਰ ਪੁੱਛਦੇ ਹਾਂ ਇਹਨਾਂ ਨੂੰ ਕੀ ਕਹਿ ਰਹੇ ਨੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਆ ਮੈਂ ਜੋਰਜੀਆ ਤੋਂ ਲਖਵਿੰਦਰ ਬੋਲ ਰਹੀ ਹਾਂ। ਹਾਂਜੀ ਲਖਵਿੰਦਰ ਜੀ, ਸਵਾਗਤ ਹੈ, ਦੱਸੋ ਕੀ ਕਹਿੰਦੇ ਹੋ? ਹਾਂਜੀ, ਮੇਰਾ ਹੈਗਾ ਉਹਨਾਂ ਨੂੰ ਕਹਿਣਾ ਕਿ ਉਹਨਾਂ ਨੂੰ ਪਾਰਟ ਟਾਈਮ ਜੋਬ ਕਰਨੀ ਚਾਹੀਦੀ ਹੈ, 4-5 ਘੰਟੇ। ਓਕੇ, ਠੀਕ ਹੈ। ਫੁੱਲ ਟਾਈਮ ਜੋਬ ਨਹੀਂ ਕਰਨੀ ਚਾਹੀਦੀ, ਔਰ ਕੰਟੀਨਿਊ ਆਪਣੀ ਪਾਰਟ ਟਾਈਮ ਜੋਬ ਕਰੀ ਜਾਣ, ਔਰ ਘਰ ਦਾ ਜਿਹੜਾ ਉਹਨਾਂ ਦਾ ਹਸਬੈਂਡ ਵੀ ਸਹਿਮਤ ਹੋਣਗੇ ਨਾਲ ਉਹਨਾਂ ਦੇ, ਕਿ 4-5 ਘੰਟੇ ਕੰਮ ਕਰਕੇ ਤੇ ਆਪਣੇ ਘਰ ਆਰਾਮ ਨਾਲ, ਫਿਰ ਨਾਲੇ ਉਹਨਾਂ ਨੂੰ ਥਕਾਵਟ ਵੀ ਨਹੀਂ ਹੋਊਗੀ। ਠੀਕ ਹੈ, ਠੀਕ ਹੈ। ਹਾਂਜੀ, ਤੇ ਉਹਨਾਂ ਨੂੰ ਜੋਬ ਨਹੀਂ, ਥੋੜਾ ਕਰਨੀ ਚਾਹੀਦੀ ਹੈ, ਪੂਰਾ ਫੁੱਲ ਟਾਈਮ ਨਹੀਂ ਕਰਨੀ ਚਾਹੀਦੀ। ਠੀਕ ਹੈ ਜੀ, ਬਹੁਤ ਵਧੀਆ, ਦੈਟਸ ਅਨਦਰ ਆਪਸ਼ਨ, ਇਹ ਵੀ ਇੱਕ ਅੱਛਾ ਯੂ ਨੋ ਹੱਲ ਹੈਗਾ ਵਿੱਚ। ਲੈਟਸ ਸੀ ਇਹ ਕੀ ਕਹਿ ਰਹੇ ਨੇ। ਹੈਲੋ, ਹਾਂਜੀ ਅਰਵਿੰਦ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਨਮਸਕਾਰ ਸੁਦਰਸ਼ਨ ਜੀ, ਕਿਆ ਕਹਿਤੇ ਹੈਂ ਆਪ? ਮੈਂ ਕਹਾਂਗੀ ਕਿ ਉਹਨੂੰ ਜੋਬ ਨਹੀਂ ਛੋੜਨੀ ਚਾਹੀਦੀ, ਕਿਉਂਕਿ ਬੱਚੇ ਇੰਨੇ ਛੋਟੇ ਨਹੀਂ ਹਨ ਜਿੰਨਾ ਵਾਸਤੇ ਉਹ ਸੋਚਦੀ ਹੈ ਜੀ, ਕਿਉਂਕਿ ਉਹ ਠੀਕ ਠਾਕ ਆਪਣੇ ਆਪ ਨੂੰ ਸੰਭਾਲਣ ਜੋਗੇ ਹਨ ਬੱਚੇ, ਉਹਨਾਂ ਨਾਲ ਕੋਈ ਐਸੀ ਗੱਲ ਨਹੀਂ, ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਆ ਜੀ, ਉਹ ਜੋਬ ਅਗਰ ਉਹਨੂੰ ਖੁਸ਼ੀ ਮਿਲਦੀ ਹੈ ਤੇ ਉਹਨਾਂ ਨੂੰ ਕਰਨੀ ਚਾਹੀਦੀ ਹੈ, ਕਿਉਂਕਿ ਫਿਰ ਉਹ ਰਿਗਰੈਟ ਕਰੇਗੀ, ਘਰ ਬੈਠੇਗੀ ਮਹਿਸੂਸ ਕਰੇਗੀ ਕਿ ਖਾਲੀ ਮੈਂ ਰੋਟੀ ਬਣੇਦੀ ਗਰਮ ਦੇਣ ਵਾਸਤੇ ਮੈਂ ਬੈਠੀ ਹੋਈ ਆ। ਸੋ ਆਪਣੀ ਖੁਸ਼ੀ ਨੂੰ ਇੰਨਾ ਸੈਕਰੀਫਾਈਜ਼ ਨਾ ਕਰੇ ਜੀ, ਕਰਦੀ ਰਹੇ ਕੰਮ, ਐਕਟਿਵ ਰਹੇਗੀ, ਔਰ ਬੱਚੇ ਇੰਨੇ ਛੋਟੇ ਨਹੀਂ ਹਨ, ਅਗਰ ਜ਼ਿਆਦਾ ਸੇ ਜ਼ਿਆਦਾ ਕਰ ਸਕਦੀ ਹੈ, ਛੋਟੇ ਬੱਚੇ ਵਾਸਤੇ ਕੋਈ ਐਕਟੀਵਿਟੀ ਦੇਖ ਸਕਦੀ ਹੈ ਆਫਟਰ ਸਕੂਲ। ਓ ਯਾ, ਠੀਕ ਹੈ, ਕਿੰਨੇ ਕੁ ਘੰਟੇ ਉਹਨਾਂ ਨੂੰ ਛੋੜ ਦਈਏ, ਇਹ ਨਹੀਂ ਕੁਛ ਉਹਨਾਂ ਨੇ ਦੱਸਿਆ, ਨਹੀਂ ਜ਼ਿਆਦਾ ਦੇਰ ਨਹੀਂ, ਬਸ ਉਹ ਥੋੜਾ ਪਹਿਲੇ ਖੋਲ ਕੇ ਆਂਦਾ ਅੰਦਰ, ਦੈਟਸ ਇਟ, ਘੰਟਾ ਡੇਢ। ਫਿਰ ਕੋਈ ਵਜ੍ਹਾ ਨਹੀਂ ਹੈ ਅਰਵਿੰਦ ਜੀ ਉਹਨਾਂ ਨੂੰ ਜਾਗ ਛੱਡਣ ਦੀ, ਬਿਲਕੁਲ ਕੋਈ ਵਜ੍ਹਾ ਨਹੀਂ। ਜੀ ਜੀ ਜੀ, ਉਸ ਬੱਚੇ ਨੂੰ ਵੈਸੇ ਸਮਝਾਣ, ਪਿਆਰ ਨਾਲ ਦੱਸਣ ਵੀ ਮੈਨੂੰ ਬੜੀ ਅੱਛੀ ਖੁਸ਼ੀ ਮਿਲਦੀ ਹੈ ਬੇਟਾ, ਮੈਂ ਬਾਹਰ ਕੰਮ ਕਰਨੀ ਹੈ, ਹੀ ਵਿਲ ਅੰਡਰਸਟੈਂਡ, ਉਹ ਇੰਨਾ ਛੋਟੇ ਬੱਚੇ ਨਹੀਂ ਹਨ, ਦੇਖੋ ਇੱਥੇ ਤੇ ਇੰਨੇ ਨੇ ਛੋਟੇ ਛੋਟੇ ਬੱਚਿਆਂ ਨੂੰ ਸਾਰਾ ਸਾਰਾ ਦਿਨ ਛੱਡ ਕੇ ਮਾਵਾਂ ਕੰਮ ਕਰਦੀਆਂ, ਚਲੋ ਉਹਨਾਂ ਦੀ ਜ਼ਰੂਰਤ ਹੁੰਦੀ ਹੈ, ਪੱਕੀ ਗੱਲ ਹੈ, ਇਹਨਾਂ ਨੂੰ ਫਾਈਨੈਂਸ਼ਲੀ ਸਾਰੀ ਜ਼ਰੂਰਤ ਨਹੀਂ ਹੈ, ਪਰ ਇਹਨਾਂ ਨੂੰ ਆਪਣੇ ਵਾਸਤੇ ਠੀਕ ਹੈ, ਅਗਰ ਆਪਣੇ ਆਪ ਨੂੰ ਠੀਕ ਮਹਿਸੂਸ ਕਰਦੇ ਤੇ ਕਰੀ ਜਾ। ਬਹੁਤ ਵਧੀਆ, ਥੈਂਕ ਯੂ ਸੁਦਰਸ਼ਨ ਜੀ, ਬਹੁਤ ਵਧੀਆ। ਹੋਰ ਵੀ ਕੁਛ ਧਿਆਨ ਆਏ ਤੇ ਜ਼ਰੂਰ ਦੱਸਿਓ, ਸਾਰੇ ਜ਼ਰੂਰ ਕਾਲ ਕਰੋ, ਕਿਉਂਕਿ ਆਫਕੋਰਸ ਦੋਨੋਂ ਚੀਜ਼ਾਂ ਹੋ ਸਕਦੀਆਂ, ਪਰ ਪ੍ਰਾਇਰਟੀ ਕੀ ਰੱਖਣੀ ਹੈ ਇਸ ਵੇਲੇ, ਸੋਚ ਕੀ ਹੋਣੀ ਚਾਹੀਦੀ ਹੈ ਤੁਹਾਡਾ, ਯੂ ਨੋ ਪ੍ਰਾਇਰਟੀ ਵਾਈਜ਼ ਕਿਸ ਤਰ੍ਹਾਂ ਤੁਸੀਂ ਆਪਣਾ ਡਿਸਾਈਡ ਕਰਦੇ ਹੋ ਇਸ ਚੀਜ਼ ਬਾਰੇ, ਇਸ ਚੀਜ਼ ਦੀ ਗੱਲ ਹੋ ਰਹੀ ਹੈ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ, ਕਮ ਬੈਕ, ਯੂ ਡੋਂਟ ਗੋ ਐਨੀਵੇ। ਸਾਰਿਆਂ ਦਾ ਫਿਰ ਸਵਾਗਤ ਹੈ, ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਹੈ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ ਜਸਪਾਲ ਜੀ, ਦੱਸੋ ਕੀ ਕਹਿੰਦੇ ਹੋ?
ਮੇਰਾ ਕਹਿਣਾ ਇਹ ਹੈ ਜੀ ਕਿ ਮਤਲਬ ਇੱਕ ਮੈਂ ਆਪਣੀ ਮਿਸਾਲ ਹੀ ਦਿਆਂਗਾ ਛੋਟੀ ਜਿਹੀ, ਬੱਚੇ ਕਦੀ ਵੀ ਬੱਚੇ ਨੀ ਤੇ ਵੱਡੇ ਕਦੀ ਵੀ ਵੱਡੇ ਨੀ, ਕਿਸੇ ਕੋਲ ਵੀ ਜਿਹੜਾ ਮਤਲਬ ਤਿਲਕਣਬਾਜ਼ੀ ਜ਼ਿੰਦਗੀ ਚ ਕਿਸੇ ਵੱਲ ਚ ਵੀ ਹੋ ਸਕਦੀ ਹੈ, ਠੀਕ ਹੈ, ਲੇਕਿਨ ਘਰ ਦਾ ਮਾਹੌਲ ਜਿਹੜਾ ਉਹ ਮਤਲਬ ਇਕੱਠੇ ਰਹਿਣ ਦਾ ਜਿਹੜਾ ਹੈਗਾ ਉਹ ਮਤਲਬ ਮੈਂ ਸਮਝਦਾ ਕਿ ਸਭ ਤੋਂ ਬਿਹਤਰ ਹੈ, ਜਿੰਨਾ ਵੀ ਟਾਈਮ ਅਸੀਂ ਬੱਚਿਆਂ ਨੂੰ ਵੱਧ ਤੋਂ ਵੱਧ ਦੇ ਸਕੀਏ ਓਨਾ ਹੀ ਬੈਟਰ ਹੈ। ਸੋ ਕੀ ਕਹਿਣਾ ਚਾਹੁੰਦੇ ਹੋ ਕਿ ਉਹ ਟਾਈਮ ਜਿਹੜਾ ਘੰਟਾ ਪਹਿਲੇ ਆਉਂਦਾ ਉਹਦੇ 'ਚ ਫਰਕ ਪਏਗਾ ਕੁਛ ਕਿ ਇਟਸ ਓਕੇ ਸ਼ੀ ਕੈਨ ਡਿਵੋਟ ਟਾਈਮ ਲੇਟਰ ਵੈਨ ਸ਼ੀ ਇਜ਼ ਹੋਮ? ਨਹੀਂ, ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਉਹਨਾਂ ਨੂੰ ਕਿ ਆਪਣਾ ਉਹ ਜਿਹੜੀ ਜੋਬ ਕਰਦੇ ਨੇ ਉਹਨਾਂ ਲਈ ਜ਼ਰੂਰੀ ਨਹੀਂ ਹੈ, ਕਿਉਂਕਿ ਉਹਦੇ ਹਸਬੈਂਡ ਕਹਿ ਰਹੇ ਕਿ ਅਸੀਂ ਅਫੋਰਡ ਕਰ ਸਕਦੇ ਹਾਂ ਤਾਂ ਘਰ ਨੂੰ ਟਾਈਮ ਦਿੱਤਾ ਜਾ ਸਕੇ। ਹੁਣ ਸਾਡੇ ਨਾਲ ਦੋਨਾਂ ਘਰ ਹਸਬੈਂਡ ਵਾਈਫ ਦਾ ਇਸ ਤਰ੍ਹਾਂ ਲੱਗਿਆ ਮੇਰੇ ਕੋਲ ਟਾਈਮ ਹੈ ਤਾਂ ਮੇਰੇ ਮਿਸਿਜ਼ ਕੋਲ ਟਾਈਮ ਨਹੀਂ, ਜੇ ਮੇਰੇ ਕੋਲ ਨਹੀਂ ਤਾਂ ਉਹਨਾਂ ਕੋਲ ਨਹੀਂ, ਲੇਕਿਨ ਅਸੀਂ ਜਿੱਥੇ ਵੀ ਸੰਗਤ ਜਿੰਨੇ ਵਿੱਚ ਵੀ ਰਹੇ ਹਾਂ ਉਹਨਾਂ ਗੁਰਸਿੱਖਾਂ ਦੇ ਆਪਣੇ ਗੁਰਸਿੱਖੀ ਸੰਗਤ ਜਿਹੜੀ ਆ ਟਾਈਮ ਦੇਣ ਕਰਕੇ ਬੱਚੇ ਵੀ ਅੱਗੇ ਹੁਣ ਜਿਹੜੇ ਨੇ ਉਹ ਗੁਰਸਿੱਖੀ ਵਾਲੇ ਜੀਵਨ ਜੀ ਰਹੇ ਨੇ। ਇਸ ਕਰਕੇ ਮੈਂ ਸਮਝਦਾ ਕਿ ਜੋ ਭੈਣ ਜੀ ਹੁਣੀ ਟਾਈਮ ਦੇ ਸਕਦੇ ਸੰਗਤ ਨੂੰ ਆਪਣਾ ਜੀਵਨ ਨੂੰ ਬਦਲਣ ਵਾਸਤੇ, ਮੈਂ ਕੋਈ ਬ੍ਰਹਮ ਗਿਆਨ ਦੀ ਗੱਲ ਆਪਣੇ ਆਪ ਦਿਨ ਕਰ ਰਿਹਾ, ਠੀਕ ਹੈ, ਲੇਕਿਨ ਮੇਰਾ ਕਹਿਣ ਦਾ ਮਤਲਬ ਹੈ ਕਿ ਆਪਣਾ ਵੀ ਉਹ ਦੇਖਣ। ਬਹੁਤ ਵਧੀਆ, ਥੈਂਕ ਯੂ ਸੋ ਮਚ ਜੀ। ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਹੈਲੋ, ਹਾਂਜੀ ਹਾਂਜੀ, ਕੌਣ ਬੋਲ ਰਹੇ ਹੋ? ਤੁਹਾਡੀ ਆਵਾਜ਼ ਸਾਰਿਆਂ ਨੂੰ ਪਹੁੰਚ ਰਹੀ ਹੈ, ਦੱਸਦੇ ਰਹੋ। ਅੱਛਾ ਜੀ, ਮੈਂ ਕਹਿ ਰਹੀ ਸੀਗੀ ਕਿ ਹੁਣੇ ਜਿਹੜੇ ਲਾਈਕ ਭੈਣ ਜੀ ਨੇ ਕਿਹਾ ਸੀਗਾ ਕਿ ਉਹ ਪਾਰਟ ਟਾਈਮ ਜੋਬ ਕਰਨੀ ਚਾਹੀਦੀ ਹੈ। ਹਾਂਜੀ ਹਾਂ, ਉਹ ਪਾਰਟ ਟਾਈਮ ਜੋਬ ਵੀ ਕਰ ਸਕ, ਪਾਰਟ ਟਾਈਮ ਜੋਬ ਇਜ਼ ਬੈਸਟ ਫੋਰ ਹਰ, ਅਤੇ ਨਾਲੇ ਪਰ ਇਹ ਵਾਲੀ ਜੋਬ ਇਕਦਮ ਨਹੀਂ ਛੱਡਣੀ ਚਾਹੀਦੀ ਕਿਉਂਕਿ ਆਫਟਰ ਲੌਂਗ ਟਾਈਮ ਉਹਨਾਂ ਨੇ ਕੰਮ ਸਟਾਰਟ ਕੀਤਾ ਹੈ, ਅਤੇ ਹੁਣ ਉਹਨਾਂ ਨੂੰ ਥੋੜ੍ਹਾ ਜਿਹਾ ਐਕਸਪੀਰੀਅੰਸ ਇੱਥੇ ਦਾ ਲੈ ਲੈਣਾ ਚਾਹੀਦਾ, ਠੀਕ ਹੈ, ਤਾਂ ਕਿ ਉਹ ਨੈਕਸਟ ਟਾਈਮ ਪਾਰਟ ਟਾਈਮ ਜੋਬ ਵੀ ਉਹਨਾਂ ਨੂੰ ਫਿਰ ਈਜ਼ੀਲੀ ਮਿਲੇਗੀ, ਲਾਈਕ ਬਿਕੋਜ਼ ਸ਼ੀ ਹੈਜ਼ ਐਕਸਪੀਰੀਅੰਸ। ਗੋਟ ਇਟ, ਹਾਂਜੀ, ਅਤੇ ਨਾਲੇ ਜਿਹਨਾਂ ਨੇ ਲਵਾਈ ਹੈ ਔਰ ਜਿੱਥੇ ਕੰਮ ਕਰ ਰਹੇ ਆ ਦੋਨੋਂ ਤਰਫ ਦੀ ਰਿਸਪੈਕਟ ਰਹਿ ਜਾਏਗੀ, ਲਾਈਕ ਡਿਸਰਿਸਪੈਕਟ ਨਹੀਂ ਹੋਏਗਾ ਕਿ ਕਿਸੇ ਨੇ ਅਗਰ ਲਗਵਾਈ ਹੈ, ਔਰ ਜਿਹਨਾਂ ਕੋਲ ਕੰਮ ਕਰ ਰਹੇ ਆ ਉਹਨਾਂ ਕੋਲ ਵੀ ਥੋੜ੍ਹਾ ਟਿੱਕ ਕੇ ਕਰਨਾ ਚਾਹੀਦਾ ਥੋੜ੍ਹਾ ਦਿਨ, ਠੀਕ ਹੈ ਠੀਕ ਹੈ, ਰਾਈਟ, ਬਹੁਤ ਵਧੀਆ ਜੀ। ਜਾਂ ਬੱਚੇ ਤਾਂ ਹੋਰ 2 ਸਾਲ ਹੈ, 2 ਸਾਲ ਤੋਂ ਬਾਅਦ ਬੱਚੇ ਦੀ ਆਪਣੀ ਲਾਈਫ ਹੋ ਜਾਂਦੀ ਹੈ, ਗੁੱਡ, ਨਾਓ ਸ਼ੀ ਹੈਜ਼ ਅਪਰਚੁਨਿਟੀ ਸ਼ੀ ਸ਼ੁਡ ਵਰਕ, ਠੀਕ ਹੈ, ਬਹੁਤ ਵਧੀਆ। ਤੁਹਾਨੂੰ ਕੀ ਲੱਗਦਾ ਕਿ ਜਿਹੜੀ ਵਰਕਿੰਗ ਮਦਰਸ ਹੈ ਉਹ ਕੋਈ ਘੱਟ ਦੇਖ ਸਕਦੀਆਂ ਨੇ ਉਹਨਾਂ ਤੋਂ, ਲਾਈਕ ਜਿਹੜੇ ਸਾਰਾ ਟਾਈਮ ਘਰ ਬੈਠੀਆਂ, ਲਾਈਕ ਐਡਜਸਟ ਕਰਨਾ, ਐਡਜਸਟ ਕਰ ਸਕਦੀਆਂ ਬਿਕੋਜ਼ ਥੋੜੀ એનર્ਜੀ એનર્ਜੈਟਿਕ ਕੁਝ ਖਾਏ, ਆਪਣਾ ਆਪਣੀ ਥੋੜੀ ਜੀ ਐਵੇਂ ਦੀ ਡਾਈਟ ਲਈ ਕਿ ਉਹਦੇ ਨਾਲ ਉਹਦੀ એનર્ਜੀ ਬਣੀ ਰਹੇ। ਕਈ ਵਾਰੀ ਮਾਵਾਂ ਕੰਮ ਕਰਦੀਆਂ, ਬਾਹਰ ਕੰਮ ਕਰਦੀਆਂ, ਘਰ ਵੀ ਕਰਦੀਆਂ, ਪਰ ਆਪਣਾ ਧਿਆਨ ਨਹੀਂ ਰੱਖਦੀਆਂ, ਬਹੁਤ ਵਧੀਆ, ਥੋੜਾ ਥੋੜਾ ਫੂਡ ਆਪਣਾ ਚੇਂਜ ਕਰੇ, ਆਪਣੀ ਡਾਈਟ ਚੇਂਜ ਕਰੇ, ਅੱਛੀ ਡਾਈਟ ਖਾਏ, ਤੇ ਵੀਕਐਂਡ ਤੇ ਥੋੜਾ ਕੁਕਿੰਗ ਕਰ ਲਏ, ਜਦੋਂ ਘਰ ਆਉਂਦੀ ਹੈ ਉਦੋਂ ਕੁਕਿੰਗ ਘੱਟ ਕਰੇ ਜੀ। ਬਹੁਤ ਵਧੀਆ, ਥੈਂਕ ਯੂ, ਮੈਨਿਸ਼ੀ ਕੈਨ ਐਡਜਸਟ, ਸਲੋਲੀ ਸਲੋਲੀ ਐਡਜਸਟ ਕਰ ਲਏਗੀ, ਠੀਕ ਹੈ, ਥੈਂਕ ਯੂ ਸੋ ਮਚ ਜੀ, ਰੀਲੀ ਐਪਰੀਸ਼ੀਏਟ ਦਿਸ ਕਾਲ, ਲੈਟਸ ਸੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਜਸਵਿੰਦਰ ਸਿੰਘ ਬੋਲ ਰਿਹਾ ਜੀ। ਹਾਂਜੀ, ਸਵਾਗਤ ਹੈ ਜਸਵਿੰਦਰ ਜੀ, ਦੱਸੋ ਕੀ ਕਹਿੰਦੇ ਹੋ ਅੱਜ? ਮੈਂ ਤਾਂ ਇਹ ਗੱਲ ਕਹਿਣਾ, ਇੱਕ ਤਾਂ ਉਹਨਾਂ ਨੂੰ ਜੋਬ ਨਹੀਂ ਛੱਡਣੀ ਚਾਹੀਦੀ, ਓਕੇ, ਜੇ ਤਾਂ ਜੇ ਉਹ ਹਾਰਡ ਜੋਬ ਕਰਦੇ ਨੇ ਤਾਂ ਉਹਨਾਂ ਨੂੰ ਜੋਬ ਚੇਂਜ ਕਰ ਲੈਣੀ ਚਾਹੀਦੀ ਹੈ, ਠੀਕ ਹੈ, ਕਿਉਂ ਜੇ ਉਹ ਜੋਬ ਛੱਡਣਗੇ ਤਾਂ ਘਰ ਬਹਿ ਕੇ ਵੀ ਬੰਦਾ ਇੱਥੇ ਬੇਕਾਰ, ਅਮਰੀਕਾ ਹੈ ਹਨਾ, ਤੁਹਾਨੂੰ ਪਤਾ ਹੀ ਆ, ਤੁਸੀਂ ਵੀ ਹੁਣ ਦੇਖਦੇ ਹੋ ਸਾਰਾ ਕੁਛ, ਹਾਂਜੀ, ਤੇ ਬਾਕੀ ਜੇ ਉਹਨਾਂ ਦੇ ਹਸਬੈਂਡ ਅਫੋਰਡ ਕਰਨ ਜੋਗੇ ਹੈਗੇ ਨੇ ਫਿਰ ਉਹਨਾਂ ਦੀ ਆਪਣੀ ਮਰਜ਼ੀ ਆ, ਠੀਕ ਹੈ, ਫਿਰ ਜਿਸ ਤਰ੍ਹਾਂ ਮਰਜ਼ੀ ਕਰ ਸਕਣ, ਆਪਣਾ ਘਰ ਦੇਖਣ ਪਹਿਲਾਂ, ਠੀਕ ਹੈ, ਬਾਕੀ ਬੱਚਿਆਂ ਦੀ ਲਾਈਫ ਆ ਜਿਹੜੀ, ਬੱਚਿਆਂ ਦੀ ਲਾਈਫ ਤਾਂ ਤਦੇ ਬਣੂਗੀ ਜੇ ਉਹਨਾਂ ਨੂੰ ਖੁਦ ਆਪਣੇ ਆਪ ਕੁਝ ਕਰਨ ਲਾਉਣਗੇ, ਹੁਣ ਬੱਚੇ ਵੱਡੇ ਆ, ਛੋਟੇ ਤਾਂ ਹੈ ਨਹੀਂ ਗੇ, ਬਿਲਕੁਲ, ਜਦੋਂ ਅਸੀਂ ਆਏ ਸੀ ਨਾ, ਮੇਰਾ ਮੁੰਡਾ 12 ਸਾਲ ਦਾ ਸੀ, ਕੁੜੀ ਮੇਰੀ 14 ਸਾਲ ਦੀ ਸੀ, ਅੱਛਾ ਜੀ, ਅਸੀਂ ਦੋਨੇ ਮੀਆਂ ਬੀਬੀ ਛੱਡ ਕੇ ਇਹਨਾਂ ਨੂੰ ਰਾਤ ਨੂੰ ਜੋਬ ਕਰਨ ਜਾਂਦੇ ਹੁੰਦੇ ਸੀ, ਬਿਲਕੁਲ, ਇਦਾਂ ਕਰਕੇ ਇਹਨਾਂ ਨੂੰ ਆਪਣੇ ਸਮਝਦਾਰੀ ਨਾਲ ਚੱਲਣਾ ਚਾਹੀਦਾ ਵਾ, ਬਾਕੀ ਇਹਨਾਂ ਦੀ ਮਰਜ਼ੀ ਆ। ਥੈਂਕ ਯੂ ਸੋ ਮਚ ਜੀ, ਲੈਟਸ ਸੀ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਮੈਂ ਰਜਿੰਦਰ ਬੋਲ ਰਹੀ ਹਾਂ ਕੈਲੀਫੋਰਨੀਆ ਤੋਂ। ਹਾਂਜੀ ਰਜਿੰਦਰ ਜੀ, ਸਵਾਗਤ ਹੈ, ਦੱਸੋ ਕੀ ਕਹਿੰਦੇ ਹੋ? ਹਾਂਜੀ, ਮੈਂ ਵੀ ਥੋੜਾ ਜਿਹਾ ਇਹਨਾਂ ਨਾਲ ਰਿਲੇਟ ਕਰ ਸਕਦੀ ਹਾਂ ਇਸ ਇਹਨਾਂ ਦੀ ਸਿਚੁਏਸ਼ਨ ਦੇ ਨਾਲ ਜੀ। ਮੇਰੇ ਖਿਆਲ ਦੇ ਇਸ ਨਾਟ ਅਬਾਊਟ ਲਾਈਕ ਮਨੀ, ਇਹ ਆਪਣੀ ਸੈਲਫ ਅਸਟੀਮ ਲਈ ਔਰ ਤੁਹਾਡੀ ਪਰਸਨਲ ਡਿਵੈਲਪਮੈਂਟ ਲਈ ਤੁਸੀਂ ਚਾਹੁੰਦੇ ਆ ਕਿ ਥੋੜਾ ਤੁਸੀਂ ਵੀ ਆਪਣੇ ਆਪ ਕੁਛ ਕਰੋ ਨਾ। ਸਹੀ ਹੈ। ਸੋ ਮੈਂ ਰੀਸੈਂਟਲੀ ਸਟਾਰਟ ਕੀਤਾ ਆ ਜਿੱਦਾਂ ਇੰਟਰਵਿਊ ਕਰਨ ਲਈ, ਸੋ ਤੁਸੀਂ ਸਟੇ ਹੋਮ ਕਰ ਸਕਦੇ ਆ ਐਂਡ ਦੇ ਪੇ ਯੂ
8 hours a day so tusi tanu call aayi hai aur nahi aayi hai then tusi still get paid and tusi apna ghar da kaam bhi kar sakde ho and still tusi you making some breaks din milde hai lunch milda hai and as usual tusi job te jande ho same as okay tusi ghar reh sakde ho apna khana bana sakde ho aur everything you want to do kis tarah di job keh rahe ho like interpreter job hai interpreter okay They pay you like 8 hours a day so it depends on call aayi ya nahi aayi doesn't matter so you still get paid very nice thank you so much for sharing this Rajinder ji because bade bande hain jehde ki jinna nu fayda hoega is information da so thank you it's not about money karke sometimes tusi help karde hain she was so good right right thank you so much really appreciate this choti ji break lende hain tusi bhi soch ke rakho ki ਸਾਰਿਆਂ ਦਾ ਫਿਰ ਸਵਾਗਤ ਹੈ ਅੱਗੇ ਪੁੱਛਦੇ ਹਾਂ ਸਾਰਿਆਂ ਨੂੰ ਕੀ ਕਹਿ ਰਹੇ ਨੇ ਐਂਡ ਫਿਰ ਕਨਕਲੂਡ ਕਰਦੇ ਹਾਂ ਕਿ ਕੀ ਕਰਨਾ ਚਾਹੀਦਾ ਇਹਨਾਂ ਨੂੰ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਅਰਵਿੰਦ ਜੀ ਮੈਂ ਗੁਰਦੀਪ ਬੋਲਦਾ ਜੀ ਹਾਂਜੀ ਗੁਰਦੀਪ ਜੀ ਦੱਸੋ ਕੀ ਕਹਿੰਦੇ ਹੋ ਦੇਖੋ ਜੀ ਇਹਨਾਂ ਨੂੰ ਬਹੁਤ ਅਪਰਚੁਨਿਟੀ ਵਧੀਆ ਮਿਲੀ ਹੈ ਬੱਚੇ ਆਲਰੇਡੀ ਤਕੜੇ ਹੈ ਕਿਸਮ ਦੇ ਹੁਣ ਤੇ ਇਹਨਾਂ ਨੂੰ ਜੌਬ ਕਰਨੀ ਚਾਹੀਦੀ ਹੈ 100% ਜੌਬ ਕਰਨੀ ਚਾਹੀਦੀ ਹੈ ਇਹਨਾਂ ਦੀ ਸੋਸ਼ਲ ਲਾਈਫ ਬਣਦੀ ਹੈ ਉਹਦੇ ਨਾਲ ਨਹੀਂ ਤੇ ਇੱਕ ਕਹਿੰਦੇ ਨਾ ਕਿ ਇੱਕ ਖੂਹ ਦਾ ਡੱਡੂ ਖੂਹ ਵਾਲੀ ਗੱਲ ਹੋ ਜਾਂਦੀ ਹੈ ਫਿਰ ਉਹ ਲੇਡੀਜ਼ ਦੀ ਡਿਵੈਲਪਮੈਂਟ ਆਪਣੀ ਨਹੀਂ ਹੁੰਦੀ ਬੱਚਿਆਂ ਨੂੰ ਇੰਡੀਪੈਂਡੈਂਟ ਕਰਨਾ ਵੀ ਬਹੁਤ ਜ਼ਰੂਰੀ ਆ ਮੈਂ ਦੇਖਿਆ ਜ਼ਿੰਦਗੀ ਦੇ ਵਿੱਚ ਜਿਹੜੇ ਬੰਦੇ ਬੱਚਿਆਂ ਨੂੰ ਤੁਸੀਂ ਥੋੜੇ ਜਿਹੇ ਵੱਡੇ ਹੁਣ ਤੋਂ ਬਾਅਦ ਇੰਡੀਪੈਂਡੈਂਟ ਕਰਦੇ ਹਰ ਵੇਲੇ ਉਹ 24 ਘੰਟੇ ਮਾਂ ਬਾਪ ਦਾ ਸਾਇਆ ਨਹੀਂ ਵੀ ਚਾਹੁੰਦੇ ਉਹਨਾਂ ਨੂੰ ਇੰਡੀਪੈਂਡੈਂਟ ਹੋਣ ਦਾ ਮੌਕਾ ਮਿਲੇਗਾ ਉਹ ਜ਼ਿਆਦਾ ਮਹਾਨ ਬਣਨਗੇ ਜ਼ਿਆਦਾ ਵਧੀਆ ਬਣਨਗੇ ਹਰ ਐਂਗਲ ਤੋਂ ਘਰ ਦੇ ਬਾਰੇ ਵੀ ਥੋੜਾ ਥੋੜਾ ਸਮਝ ਜਾਣਗੇ ਕਿ ਜੇ ਮਾਤਾ ਨਹੀਂ ਆ ਤਾਂ ਮੈਂ ਰੋਟੀ ਕਿੱਦਾਂ ਖਾਣੀ ਹੈ ਮੈਂ ਕੀ ਕਿੱਦਾਂ ਕਰਨਾ ਉਹਨਾਂ ਨੇ ਆਟੋਮੈਟਿਕ ਸਾਰਾ ਕੁਛ ਸਿੱਖ ਜਾਣਾ ਕਈ ਬੱਚੇ ਤਾਂ ਮੈਂ ਇੱਦਾਂ ਦੀ ਵੀ ਜ਼ਿੰਦਗੀ 'ਚ ਦੇਖਿਆ ਜਿਹਨਾਂ ਦੀਆਂ ਮਾਵਾਂ ਜੌਬਾਂ ਕਰਦੀਆਂ ਜਾਂ ਹੋਰ ਕੰਮ ਕਰਦੀਆਂ ਬਿਜ਼ੀ ਆ ਉਹ ਬੱਚੇ ਆਪ ਹੀ ਰੋਟੀਆਂ ਵੀ ਬਣਾਉਣ ਲੱਗ ਜਾਂਦੇ ਮੈਂ ਦੇਖਿਆ ਤੇ ਮੇਰੇ ਬੱਚੇ ਖੁਦ ਦੇ 14-14 ਸਾਲ ਦੇ ਰੋਟੀ ਪਾਣੀ ਮੇਰਾ ਮੁੰਡਾ ਵੀ ਕੁੜੀਆਂ ਵੀ ਉਦੋਂ ਤੋਂ ਆਪੇ ਹੀ ਟ੍ਰੇਨਡ ਹੋ ਗਿਆ ਸੀ ਕਿ ਮੇਰੀ ਵਾਈਫ ਥੋੜੀ ਬਿਮਾਰ ਰਹਿੰਦੀ ਉਹ ਕਈ ਵਾਰੀ ਨਹੀਂ ਕਰ ਪਾਉਂਦੀ ਸੀ ਤੇ ਮੇਰੇ ਬੱਚੇ ਮੈਂ ਆਰਮੀ ਦੇ ਵਿੱਚ ਸੀ ਮੇਰੇ ਬੱਚੇ ਨਿੱਕੇ ਹੁੰਦੇ ਹੀ ਆਪੇ ਹੀ ਆਟਾ ਗੁਣ ਆਪੇ ਹੀ ਸਾਰਾ ਕੁਛ ਤੇ ਉਧਰ ਨੂੰ ਵੀ ਉਹ ਟ੍ਰੇਨਡ ਹੋ ਗਿਆ ਮੇਰਾ ਇਹ ਜ਼ਿੰਦਗੀ ਦਾ ਐਕਸਪੀਰੀਅੰਸ ਹੈਗਾ ਕਿ ਜਿਹੜੇ ਬੱਚਿਆਂ ਨੂੰ ਸਗੋਂ ਮਾਂ ਬਾਪ ਹੁਣ ਉਹ ਡਿਵੈਲਪ ਹੈ ਉਹ ਜ਼ਿਆਦਾ ਬੱਚੇ ਵਧੀਆ ਨਿਕਲਣਗੇ ਇਹ ਮੇਰਾ ਆਪਣਾ ਵੀ ਤਜਰਬਾ ਆ ਥੈਂਕ ਯੂ ਜੀ ਉਹਨੂੰ ਜੌਬ ਕਰਨੀ ਚਾਹੀਦੀ ਆ ਠੀਕ ਹੈ ਜੀ ਥੈਂਕ ਯੂ ਸੋ ਮਚ ਹੋਰ ਵੀ ਸਾਰੇ ਜ਼ਰੂਰ ਕਾਲ ਕਰਕੇ ਆਪਣੀ ਰਾਏ ਦੇ ਸਕਦੇ ਹੋ ਪਰ ਜਿਸ ਤਰ੍ਹਾਂ ਸਾਰੀਆਂ ਕਾਲਸ ਆ ਰਹੀਆਂ ਨੇ ਜਿਨ੍ਹਾਂ ਦਾ ਰਾਏ ਹੈ ਕਿ ਨਹੀਂ ਬੱਚਿਆਂ ਨੂੰ ਜ਼ਰੂਰ ਅਟੈਂਡ ਕਰੋ ਉਹਨਾਂ ਦਾ ਵੀ ਮੇਨ ਮੁੱਦਾ ਉਹਨਾਂ ਨੂੰ ਮੇਨ ਉਹਨਾਂ ਦੀ ਜਿਹੜੀ ਯੂ ਨੋ ਫੋਕਸ ਹੈ ਇਹ ਕਿ ਹਾਂ ਬੱਚੇ ਇਗਨੋਰ ਨਾ ਹੋਣ ਜਿਹੜਾ ਕਿ ਇਸ ਭੈਣ ਦਾ ਵੀ ਪੂਰਾ ਯੂ ਨੋ ਧਿਆਨ ਹੈ ਉਸ ਚੀਜ਼ ਵੱਲ ਪਰ ਸਾਇੰਟੀਫਿਕਲੀ ਗੱਲ ਕਰੀਏ ਤਾਂ ਸਟੈਟਿਸਟਿਕਸ 'ਚੋਂ ਜਿਹੜੀਆਂ ਯੂ ਨੋ ਕਿ ਕੋਈ ਕਿਤੇ ਨਹੀਂ ਲਿਖਿਆ ਕਿ ਵਰਕਿੰਗ ਮੋਮਸ ਦੇ ਬੱਚੇ ਜਿਹੜੇ ਹੈ ਉਹ ਜ਼ਿਆਦਾ ਇਗਨੋਰ ਹੁੰਦੇ ਹੈ ਜਾਂ ਫਿਰ ਜ਼ਿਆਦਾ ਯੂ ਨੋ ਪੜ੍ਹਦੇ ਘੱਟ ਹੈ ਜਾਂ ਫਿਰ ਵਿਗੜਦੇ ਹੈ ਐਸਾ ਕੁਛ ਨਹੀਂ ਹੈ ਸੋ ਇਹ ਇੰਟੈਂਸ਼ਨ ਕਹਿ ਲਓ ਜਾਂ ਕਿੰਨਾ ਤੁਸੀਂ ਕੁਆਲਿਟੀ ਟਾਈਮ ਦੇ ਸਕਦੇ ਹੋ ਕਿੰਨਾ ਤੁਹਾਡਾ ਧਿਆਨ ਹੈ ਇਸ ਚੀਜ਼ 'ਤੇ ਡਿਪੈਂਡ ਕਰਦਾ ਹੋਰ ਬੜੇ ਸਾਰੇ ਫੈਕਟਰਸ ਹੈ ਜਿਹਦੇ 'ਤੇ ਡਿਪੈਂਡ ਕਰਦਾ ਔਰ ਜੋ ਗੁਰਦੀਪ ਜੀ ਨੇ ਕਿਹਾ ਔਰ ਕਿ ਉਹ ਇੰਡੀਪੈਂਡੈਂਟ ਵੀ ਹੁੰਦੇ ਹੁਣ ਮਿਡਲ ਸਕੂਲਰ ਐਂਡ ਹਾਈ ਸਕੂਲਰ ਦੇ ਵਿੱਚ ਜੇ ਵਾਕਈ ਕਹਿੰਦੇ ਨੇ ਨਾ ਕਿ ਰੋਟੀ ਦੀ ਪਲੇਟ ਸਾਹਮਣੇ ਪਈ ਹੋਏਗੀ ਤਾਂ ਉਹ ਖਾਈ ਲੈਣਗੇ ਪਰ ਜੇ ਨਹੀਂ ਪਈ ਹੋਏਗੀ ਤਾਂ ਭੁੱਖ ਲੱਗੇਗੀ ਕੁਛ ਆਪਣਾ ਹੱਥ ਪੈਰ ਮਾਰਨਾ ਸਿੱਖਣਗੇ ਸੋ ਇਹਦੇ ਵਾਸਤੇ ਗਿਲਟੀ ਫੀਲ ਕਰਨ ਦੀ ਲੋੜ ਨਹੀਂ ਹੈ ਉਹਨਾਂ ਨੂੰ ਕੁਛ ਆਏਗਾ ਬਾਕੀ ਔਰਗਨਾਈਜ਼ 2 ਮਹੀਨੇ ਹੋਏ ਨੇ ਜੁਆਇਨ ਕੀਤੇ ਇੰਜੋਏ ਕਰ ਰਹੇ ਨੇ ਆਈ ਥਿੰਕ ਇਟਸ ਅ ਗੁੱਡ ਥਿੰਗ ਟੂ ਕੀਪ ਵਰਕਿੰਗ ਦੈਟਸ ਵੈਰੀ ਇੰਪੋਰਟੈਂਟ ਕਿਉਂਕਿ ਜਿਹੜੀ ਉਹਨਾਂ ਨੂੰ ਖੁਸ਼ੀ ਮਿਲ ਰਹੀ ਹੈ ਉਹ ਫੈਲ ਕੇ ਪਹੁੰਚਣੀ ਸਾਰੇ ਬੱਚਿਆਂ ਨੂੰ ਅਤੇ ਹਸਬੈਂਡ ਨੂੰ ਹੀ ਹੈ ਯੂ ਨੋ ਇਰਦ ਗਿਰਦ ਉਹ ਪਹੁੰਚਦੀ ਹੈ ਆਈ ਥਿੰਕ ਕਿਡਸ ਵਿਲ ਰਾਦਰ ਹੈਵ ਅ ਵਰਕਿੰਗ ਮੋਮ ਹੂ ਇਜ਼ ਹੈਪੀ ਰਾਦਰ ਦੈਨ ਅ ਨੋਟ ਵਰਕਿੰਗ ਮੈ ਮੋਮ ਜਿਹੜੀ ਕਿ ਖੁਸ਼ ਨਾ ਹੋਏ ਜਾਂ ਬੋਰਡ ਹੋਏ ਜ਼ਿੰਦਗੀ ਤੋਂ ਜਾਂ ਦੇ ਵੁੱਡ ਰਾਦਰ ਹੈਵ ਕਿ ਹਾਂ ਅਕੰਪਲਿਸ਼ਡ
ਮੋਮ ਹੈ ਜਿਹੜੀ ਕਿ ਕੌਨਫੀਡੈਂਟ ਹੈ, ਖੁਸ਼ ਹੈ ਔਰ ਯੂ ਨੋ ਆਪਣੇ ਆਪ ਨੂੰ ਕੁਝ ਸਮਝਦੀ ਹੈ, ਉਹ ਜ਼ਿਆਦਾ ਉਸ 'ਤੇ ਪ੍ਰਾਊਡ ਹੋਣਗੇ। ਸੋ ਕਹਿਣ ਦਾ ਭਾਵ ਹੈ, ਮਤਲਬ ਇਹ ਨਹੀਂ ਹੈ ਕਿ ਸਾਰੀਆਂ ਵਰਕਿੰਗ ਮੋਮਸ ਦੇ ਹੀ ਬੱਚੇ ਜ਼ਿਆਦਾ ਉਹ ਨਿਕਲ ਰਹੇ ਨੇ ਇੰਡੀਪੈਂਡੈਂਟ, ਇਹ ਤੁਸੀਂ ਕਿਸ ਤਰ੍ਹਾਂ ਪੇਸ਼ ਆਉਂਦੇ ਹੋ ਉਹ ਜ਼ਿਆਦਾ ਹੈ। ਐਂਡ ਬੜੇ ਤਰੀਕੇ ਨੇ ਜਿਸ ਤਰ੍ਹਾਂ ਸਾਰਿਆਂ ਨੇ ਸੁਜੈਸਟ ਕੀਤਾ ਹੈ ਕਿ ਤੁਸੀਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਇਕੁਇਪ ਕਰ ਸਕਦੇ ਹੋ, ਵੀਕਐਂਡਸ ਵਿੱਚ ਕੁਕਿੰਗ ਕਰ ਸਕਦੇ ਹੋ, ਔਰਗਨਾਈਜ਼ ਯੋਰ ਸੈਲਫ ਐਂਡ ਡੈਲੀਗੇਟ ਯੂ ਨੋ ਹਸਬੈਂਡ ਨੂੰ, ਵੱਡੇ ਪੁੱਤਰ ਨੂੰ, ਇਸ ਬੱਚੇ ਨੂੰ ਵੀ ਤੂੰ ਆ ਕੇ ਕੀ ਕਰਨਾ, ਤੂੰ ਕੀ ਕਰਨਾ, ਉਹ ਔਰਗਨਾਈਜ਼ ਕਰਨ ਨਾਲ, ਡੈਲੀਗੇਟ ਕਰਨ ਨਾਲ ਤੁਹਾਡਾ ਕੰਮ ਵੀ ਆਸਾਨ ਹੋ ਜਾਏਗਾ। ਔਰ ਜਿੱਥੇ ਤੱਕ ਐਨਰਜੀ ਦਾ ਸਵਾਲ ਹੈ, ਵਾਕਈ ਕੋਈ ਵੀ ਚੀਜ਼ ਨਵੀਂ ਸ਼ੁਰੂ ਕਰਾਂਗੇ, ਜ਼ਿਆਦਾ ਘੰਟੇ ਉੱਥੇ ਵੀ ਲਾਏ, ਘਰ ਵੀ ਕਰਨਾ, ਅਤੇ ਉਹ ਥੋੜ੍ਹਾ ਜਿਹਾ ਟਾਈਮ ਲੱਗੇਗਾ, ਬਟ 100% ਇਹ ਹੈ ਕਿ ਯੂ ਵਿਲ ਗੈਟ ਯੂਜ਼ਡ। ਜੋ ਬਾਰ ਬਾਰ ਸੇਮ ਚੀਜ਼ ਕਰਨ ਨਾਲ ਤੁਸੀਂ ਬੈਟਰ ਫੀਲ ਕਰਦੇ ਹੋ, ਆਈ ਐਮ ਸ਼ੋਰ ਪਹਿਲੇ 3 ਦਿਨ, ਪਹਿਲੇ 4 ਦਿਨ ਤੁਹਾਨੂੰ ਜ਼ਿਆਦਾ ਉਹ ਲੱਗਿਆ ਹੋਣਾ, ਉਸ ਤੋਂ ਬਾਅਦ ਆਪਣੇ ਆਪ ਹੀ ਲੱਗਿਆ ਹੋਣਾ ਕਿ ਨਹੀਂ ਆਈ ਐਮ ਡੂਇੰਗ ਬੈਟਰ। ਸੋ ਉਹ ਬੈਟਰ ਹੁੰਦਾ ਜਾਏਗਾ। ਔਰ ਇੱਕ ਭੈਣ ਨੇ ਜਿਵੇਂ ਯਾਦ ਕਰਾਇਆ ਕਿ ਜ਼ਰੂਰ ਜ਼ਰੂਰ ਆਪਣਾ ਵੀ ਧਿਆਨ ਰੱਖੋ, ਸਾਰਾ ਕੁਝ ਕਰਦੇ ਹੋਏ ਕਿ ਹਾਏ ਮੈਂ ਬੈਸਟ ਵਰਕ ਵੀ ਕਰ ਲਾਂ, ਬੈਸਟ ਇੱਥੇ ਵੀ ਕਰਾਂ, ਇਹ ਨਾ ਹੋਏ ਤੁਸੀਂ ਆਪਣੇ ਆਪ ਨੂੰ ਇਗਨੋਰ ਕਰੋ, ਕਿਉਂਕਿ ਬੱਚਿਆਂ ਨੂੰ ਇਗਨੋਰ ਕਰਨ ਦਾ ਧਿਆਨ ਤੁਹਾਨੂੰ ਆਇਆ, ਪਰ ਆਪਣੇ ਆਪ ਨੂੰ ਨਾ ਇਗਨੋਰ ਕਰੋ, ਇਹ ਬੜਾ ਜ਼ਰੂਰੀ ਹੈ, ਜਿਹੜਾ ਕਿ ਸ਼ਾਇਦ ਮੋਸਟਲੀ ਅਸੀਂ ਜਨਾਨੀਆਂ ਭੁੱਲ ਜਾਂਦੀਆਂ, ਕਿਉਂਕਿ ਆਪ ਆਪਣਾ ਧਿਆਨ ਰੱਖਾਂਗੇ ਅਤੇ ਬਾਕੀਆਂ ਦਾ ਵੀ ਧਿਆਨ ਰੱਖ ਸਕਾਂਗੇ। ਐਂਡ ਫੀਲ ਬਲੈਸਡ ਕਿ ਤੁਹਾਡੀ ਨੈਸੈਸਿਟੀ ਨਹੀਂ ਹੈ, ਜਿਵੇਂ ਵੀਰ ਨੇ ਔਰ ਯੂ ਨੋ ਜਸਪ੍ਰੀਤ ਨੇ ਵੀ ਕਿਹਾ ਕਿ ਕਈ ਵਾਰੀ ਮਜ਼ਬੂਰੀ ਹੁੰਦੀ ਹੈ ਕਿ ਤੁਸੀਂ ਚੋਇਸ ਨਹੀਂ ਹੈ ਤਾਂ ਵੀ ਤੁਸੀਂ ਕਰਨੀ ਪਏਗੀ ਜੋਬ, ਹੁਣ ਤੁਹਾਡੇ ਕੋਲ ਚੋਇਸ ਹੈ, ਸੋ ਫੀਲ ਬਲੈਸਡ ਕਿ ਤੁਹਾਡੇ ਕੋਲ ਇਹ ਚੋਇਸ ਹੈ, ਬਟ ਦੈਨ ਯੂਜ਼ ਇਟ ਵੈਲ। ਔਰ ਪਾਰਟ ਟਾਈਮ ਅਗਰ ਯੂ ਨੋ ਬੈਸਟ ਤੁਹਾਡੀ ਯੂ ਨੋ ਘਰ ਦੀ ਰਿਕੁਆਇਰਮੈਂਟ ਕੀ ਹੈ, ਬੱਚਿਆਂ ਦੀ ਕੀ ਰਿਕੁਆਇਰਮੈਂਟ, ਤੁਹਾਡੀ ਆਪਣੀ ਬੋਡੀ ਦੀ ਕੀ ਰਿਕੁਆਇਰਮੈਂਟ ਹੈ, ਸੋ ਪਾਰਟ ਟਾਈਮ ਇਜ਼ ਆਲਸੋ ਵਨ ਸੋਲਿਊਸ਼ਨ। ਬਟ ਈਵਨ ਜਿਹੜੀ ਤੁਸੀਂ ਕਰ ਰਹੇ ਹੋ, ਆਈ ਟਰੱਸਟ ਯੂ ਐਂਡ ਆਈ ਥਿੰਕ ਤੁਸੀਂ ਕਰ ਪਾਓਗੇ, ਥੋੜ੍ਹਾ ਜਿਹਾ ਹੋਰ ਟਾਈਮ ਦਿਓ, ਐਵਰੀਥਿੰਗ ਵਿਲ ਬੀ ਇਨ ਪਲੇਸ। ਐਂਡ ਬੱਚਿਆਂ ਨਾਲ ਜ਼ਰੂਰ ਸ਼ੇਅਰ ਕਰੋ, ਵਾਪਸ ਆ ਕੇ ਜ਼ਰੂਰ ਟਾਈਮ ਉਹਨਾਂ ਦਾ ਉਹਨਾਂ ਨੂੰ ਪੁੱਛੋ ਜ਼ਰੂਰ। ਇਹ ਸਟੇਜਿਸ ਬੜੀਆਂ ਹੀ ਡੈਲੀਕੇਟ ਨੇ, ਮਿਡਲ ਸਕੂਲ, ਜਸਟ ਗੋਇੰਗ ਟੂ ਹਾਈ ਸਕੂਲ, ਕਿ ਉਹ ਜ਼ਿੰਦਗੀ 'ਚ ਕੀ ਕਰ ਰਹੇ, ਉਹਨਾਂ ਦੇ ਫਰੈਂਡਸ ਕਿਹੜੇ ਹੈ, ਉਹਨਾਂ ਦੇ ਬੈਗਸ ਵਿੱਚ ਕੀ ਹੈ, ਉਹ ਸਾਰੀਆਂ ਗੱਲਾਂ ਨਾ ਭੁੱਲੋ, ਐਜ਼ ਅ ਪੇਰੈਂਟ ਜਿਹੜਾ ਤੁਹਾਡਾ ਫਰਜ਼ ਹੈ। ਆਈ ਵੁੱਡ ਡੈਫੀਨੇਟਲੀ ਥਿੰਕ ਕਿ ਸਾਰੀ ਫੈਮਿਲੀ ਖੁਸ਼ ਹੋਏਗੀ, ਕਿਉਂਕਿ ਤੁਸੀਂ ਜ਼ਿਆਦਾ ਖੁਸ਼ ਹੋਵੋਗੇ। ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।